ਪੰਜਾਬੀ ਰੇਡੀਓ USA ਹੈ ਤੇ ਪਿਆਰੇ ਦੋਸਤੋ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਸਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਅੱਜ ਅਸੀਂ ਖਾਸ ਤੌਰ ਦੇ ਉੱਤੇ 2 ਦਿਨਾਂ ਦਾ ਜ਼ਿਕਰ ਕਰਾਂਗੇ। ਇਸ ਹਫ਼ਤੇ 2 ਬਹੁਤ ਹੀ ਮਹੱਤਵਪੂਰਨ ਦਿਨ ਨਿਕਲੇ ਨੇ। ਇੱਕ ਤਾਂ 15 ਅਗਸਤ ਆਜ਼ਾਦੀ ਦਿਹਾੜੀ ਦੇ ਤੌਰ 'ਤੇ ਮਨਾਇਆ ਜਾਂਦਾ ਅਤੇ ਦੂਸਰਾ ਉਹਦੇ ਅਗਲੇ ਹੀ ਦਿਨ 16 ਅਗਸਤ ਨੂੰ ਖਬਰ ਆ ਗਈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨਹੀਂ ਰਹੇ। ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਬਾਰੇ ਹੀ ਗੱਲ ਕਰਾਂਗੇ, ਉਹਨਾਂ ਦੀ ਸ਼ਖਸੀਅਤ ਬਾਰੇ ਅਤੇ ਖਾਸ ਤੌਰ 'ਤੇ ਉਹਨਾਂ ਦੀ ਉਸ ਵਿਚਾਰਧਾਰਾ ਬਾਰੇ ਜਿਸ ਵਿਚਾਰਧਾਰਾ ਦਾ ਨਾਂ ਲੈ ਕੇ ਅੱਜ ਸਾਡੇ ਦੇਸ਼ 'ਤੇ ਨਰਿੰਦਰ ਮੋਦੀ ਦੀ ਹਕੂਮਤ ਹੈ ਅਤੇ ਉਹਦਾ ਜ਼ਿਕਰ ਕਰਾਂਗੇ। ਪਰ ਦੂਜੇ ਸੈਗਮੈਂਟ ਦੇ ਵਿੱਚ ਅਸੀਂ ਆਜ਼ਾਦੀ ਦਾ ਜ਼ਿਕਰ ਕਰਾਂਗੇ ਕਿ ਇਸ ਆਜ਼ਾਦੀ ਨੇ 15 ਅਗਸਤ ਨੂੰ ਜਿਹੜੀ ਆਜ਼ਾਦੀ ਭਾਰਤ ਨੂੰ ਮਿਲੀ ਅਤੇ 14 ਅਗਸਤ ਨੂੰ ਜਿਹੜੀ ਆਜ਼ਾਦੀ ਪਾਕਿਸਤਾਨ ਨੂੰ ਮਿਲੀ, ਇਹਨਾਂ ਆਜ਼ਾਦੀਆਂ ਦੇ ਅਰਥ ਕੀ ਨੇ ਉਹ ਅਸੀਂ ਕਰਾਂਗੇ ਅਗਲੇ ਸੈਗਮੈਂਟ 'ਚ ਗੱਲ। ਪਹਿਲੇ ਸੈਗਮੈਂਟ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਬਾਰੇ ਜ਼ਿਕਰ। ਸੋ ਇਸ ਤੋਂ ਪਹਿਲਾਂ ਕਿ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਦਾ ਜ਼ਿਕਰ ਕਰੀਏ, ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕਰੀਏ, ਉਹਨਾਂ ਦੇ ਕਵੀ ਹੋਣ ਬਾਰੇ ਗੱਲ ਕਰੀਏ, ਉਹਨਾਂ ਦੇ ਰਾਜਨੀਤੀਵਾਨ ਹੋਣ ਬਾਰੇ ਗੱਲ ਕਰੀਏ ਅਤੇ ਉਹਨਾਂ ਦੀ ਰਾਜਨੀਤਿਕ ਜਿਹੜੀ ਸ਼ਖਸੀਅਤ ਹੈ ਜਾਂ ਉਹਨਾਂ ਦੀ ਵਿਚਾਰਧਾਰਾ ਆਈਡੀਓਲੋਜੀ ਬਾਰੇ ਗੱਲ ਕਰੀਏ। ਪਹਿਲਾਂ ਆਪਾਂ ਦੂਜੇ ਸੈਗਮੈਂਟ 'ਚ ਜਿਹੜੀ ਗੱਲ ਕਰਨੀ ਹੈ ਆਜ਼ਾਦੀ ਬਾਰੇ, ਸੋ ਆਜ਼ਾਦੀ ਨਾਲ ਸੰਬੰਧਿਤ ਹੀ ਇੱਕ ਗੀਤ ਸੁਣ ਲਈਏ। ਫਿਲਮ ਹੈ ਬੇਗਮ ਜਾਨ ਅਤੇ ਆਵਾਜ਼ਾਂ ਨੇ ਸੋਨੂੰ ਨਿਗਮ, ਰਾਹਤ ਫਤਿਹ ਅਲੀ ਖਾਂ, ਅਨੂ ਮਲਿਕ। ਸੋ ਇਹਨਾਂ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਸੁਣੋ ਇਹ ਗੀਤ, ਜਿਸ ਗੀਤ ਦੇ ਵਿੱਚ ਆਜ਼ਾਦੀਆਂ ਦੇ ਅਰਥ ਕੀ ਨੇ, ਉਹਨਾਂ ਆਜ਼ਾਦੀਆਂ ਦੇ ਜਿਹੜੀਆਂ ਆਜ਼ਾਦੀਆਂ ਸਾਨੂੰ ਮਿਲੀਆਂ ਨੇ, ਪਾਕਿਸਤਾਨੀ ਆਵਾਮ ਨੂੰ ਮਿਲੀਆਂ ਨੇ, ਭਾਰਤੀ ਆਵਾਮ ਨੂੰ ਮਿਲੀਆਂ ਨੇ, ਵਾਹਰੇ ਆਜ਼ਾਦ। ਹੁਣ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਬਾਰੇ। ਸ਼੍ਰੀ ਅਟਲ ਬਿਹਾਰੀ ਵਾਜਪੇਈ ਭਾਰਤ ਦੇ ਪ੍ਰਧਾਨ ਮੰਤਰੀ ਰਹੇ 3 ਵਾਰ, ਇੱਕ ਵਾਰ 13 ਦਿਨ ਵਾਸਤੇ, ਫਿਰ 13 ਮਹੀਨੇ ਵਾਸਤੇ ਅਤੇ ਫਿਰ ਉਹਨਾਂ ਨੇ ਗੱਠਜੋੜ ਦੀ ਸਰਕਾਰ ਚਲਾਈ ਪੂਰੇ 5 ਸਾਲ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਵਧੀਆ ਕਵੀ ਸਨ, ਕਿਤਾਬ ਵੀ ਇੱਕ ਉਹਨਾਂ ਦੀ ਕਵਿਤਾਵਾਂ ਦੀ ਆਈ ਅਤੇ ਨਾਲ ਇਹ ਕਿਹਾ ਜਾਂਦਾ ਹੈ ਕਿ ਉਹ ਕਵੀ ਪ੍ਰਧਾਨ ਮੰਤਰੀ ਸਨ, ਕਾਵਕ ਕਿਸਮ ਦੇ ਪ੍ਰਧਾਨ ਮੰਤਰੀ। ਇਸੇ ਕਰਕੇ ਉਹਨਾਂ 'ਚ ਭਾਸ਼ਣ ਕਲਾ ਦਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਗੁਣ ਸੀਗਾ ਜਿਹਨੂੰ ਲੋਕ ਪਸੰਦ ਕਰਦੇ ਸੀ, ਦੂਰੋਂ ਦੂਰੋਂ ਉਹਨਾਂ ਦਾ ਭਾਸ਼ਣ ਸੁਣਨ ਆਉਂਦੇ ਸੀ। ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੇ ਭਾਸ਼ਣ ਜਿਹੜੇ ਹੈ ਬੜੀ ਯਾਦਗਾਰੀ ਭਾਸ਼ਣ ਹੈ ਅਤੇ ਬੜੇ ਚੁਟੀਲੇ ਕਿਸਮ ਦੇ ਉਹਨਾਂ ਦੇ ਭਾਸ਼ਣ ਹੁੰਦੇ ਸੀ। ਅਸੀਂ ਉਹਨਾਂ ਦੇ ਕਵੀ ਹੋਣ ਦਾ ਜ਼ਿਕਰ ਕੀਤਾ ਅਤੇ ਪਹਿਲਾਂ ਉਹਨਾਂ ਦੀ ਹੀ ਆਵਾਜ਼ ਦੇ ਵਿੱਚ ਇੱਕ ਕਵਿਤਾ ਉਹਨਾਂ ਦੀ ਸੁਣ ਲਈਏ 2 ਹਿੱਸਿਆਂ ਦੇ ਵਿੱਚ ਅਤੇ ਪਤਾ ਲੱਗੇਗਾ ਕਿ ਉਹ ਕਿਸ ਕਿਸਮ ਦੇ ਕਵੀ ਸੀ। ਟਿੱਪਣੀ ਅਸੀਂ ਉਹਨਾਂ ਦੀ ਕਵਿਤਾ ਬਾਰੇ ਬਾਅਦ 'ਚ ਕਰਾਂਗੇ, ਪਹਿਲਾਂ ਉਹਨਾਂ ਦੀ ਕਵਿਤਾ ਉਹਨਾਂ ਦੀ ਆਵਾਜ਼ 'ਚ ਸੁਣੋ। ਕਵੀ ਉਦਾਸ ਹੈ, ਲਿਖਣੇ ਕੀ ਉਸਕੀ ਇੱਛਾ ਨਹੀਂ ਹੈ, ਫਿਰ ਵੀ ਲਿਖਤਾ ਹੈ। ਇਸ ਤਰ੍ਹਾਂ ਸੇ ਸ਼ੁਰੂ ਕਰਤਾ ਹੈ, ਗੀਤ ਨਹੀਂ ਗਾਤਾ ਹੂੰ, ਗੀਤ ਨਹੀਂ ਗਾਤਾ ਹੂੰ, ਬੇਨਕਾਬ ਚਿਹਰੇ ਹੈ, ਦਾਗ ਬੜੇ ਗਹਿਰੇ ਹੈ, ਟੂਟਤਾ ਤਿਲਸਮ ਆਜ ਸੱਚ ਸੇ ਭਯ ਖਾਤਾ ਹੂੰ, ਗੀਤ ਨਹੀਂ ਗਾਤਾ ਹੂੰ, ਗੀਤ ਨਹੀਂ ਗਾਤਾ ਹੂੰ। ਲਗੀ ਕੁਛ ਐਸੀ ਨਜ਼ਰ, ਲਗੀ ਕੁਛ ਐਸੀ ਨਜ਼ਰ, ਬਿਖਰਾ ਸ਼ੀਸ਼ੇ ਸਾ ਸ਼ਹਿਰ, ਅਪਨੋ ਕੇ ਮੇਲੇ ਮੈਂ ਮੀਤ ਨਹੀਂ ਪਾਤਾ ਹੂੰ, ਗੀਤ ਨਹੀਂ ਗਾਤਾ, ਗੀਤ ਨਹੀਂ ਗਾਤਾ। ਫਿਰ ਇਹ ਵਿਸ਼ਵਾਸਘਾਤ ਕੀ ਕਲਪਨਾ ਹੈ, ਪੀਠ ਮੈਂ ਛੁਰੀ ਸਾ ਚਾਂਦ, ਪੀਠ ਮੈਂ ਛੁਰੀ ਸਾ ਚਾਂਦ, ਰਾਹ ਹੋ ਗਿਆ ਰੇਖਾ ਫਾਂਦ, ਮੁਕਤ ਕੇ ਕਸ਼ਣੋ ਮੈਂ ਬਾਰ ਬਾਰ ਬੰਧ ਜਾਤਾ ਹੂੰ, ਗੀਤ ਨਹੀਂ ਗਾਤਾ। ਲੇਕਿਨ ਪਰਿਸਥਿਤੀ ਬਦਲੀ, ਮਨਸਥਿਤੀ ਬਦਲੀ, ਕਵੀ ਨੇ ਕਿਹਾ ਕਿ ਮੈਂ ਲਿਖੂੰਗਾ, ਔਰ ਕਵੀ ਨੇ ਲਿਖਾ, ਗੀਤ ਨਯਾ ਗਾਤਾ ਹੂੰ, ਗੀਤ ਨਯਾ ਗਾਤਾ ਹੂੰ, ਟੂਟੇ ਹੋਏ ਤਾਰੋਂ ਸੇ ਫੂਟੇ ਵਾਸੰਤੀ ਸਵਰ, ਪੱਥਰ ਕੀ ਛਾਤੀ ਮੈਂ ਉਗਾਇਆ ਨਵ ਅੰਕੁਰ, ਝਰੇ ਸਭ ਪੀਲੇ ਪਾਤ, ਕੋਇਲ ਕੀ ਕੋਹਕ ਰਾਤ, ਪ੍ਰਾਚੀ ਮੈਂ ਅਰੁਣਿਮਾ ਕੀ ਰੇਖ ਦੇਖ ਪਾਤਾ ਹੂੰ, ਗੀਤ ਨਯਾ ਗਾਤਾ ਹੂੰ, ਗੀਤ ਨਯਾ ਗਾਤਾ ਹੂੰ। ਇਸ ਕਾ ਅੰਤਿਮ ਹੈ, ਟੂਟੇ ਹੋਏ ਸਪਨੇ ਕੀ ਸੁਨੇ ਕੌਣ ਸਿਸਕੀ, ਟੂਟੇ ਹੋਏ ਸਪਨੇ ਕੀ ਸੁਨੇ ਕੌਣ ਸਿਸਕੀ, ਅੰਤਰ ਕੋ ਚੀਰ ਵਿਥਾ ਪਲਕੋ ਪਰ ਠਿਟਕੀ, ਹਾਰ ਨਹੀਂ ਮਾਨੂੰਗਾ ਰਾਰ ਨਹੀਂ ਠਾਨੂੰਗਾ, ਕਾਲ ਕੇ ਕਪਾਲ ਪਰ ਲਿਖਤਾ ਮਿਟਾਤਾ ਹੂੰ, ਗੀਤ ਨਯਾ ਗਾਤਾ ਹੂੰ, ਗੀਤ ਨਯਾ ਗਾਤਾ। ਇਹ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਆਵਾਜ਼ 'ਚ ਉਹਨਾਂ ਦੀਆਂ 2 ਨਿੱਕੀ ਨਿੱਕੀਆਂ ਕਵਿਤਾਵਾਂ ਸੀ, ਬਿਲਕੁਲ ਇੱਕੋ ਜ਼ਮੀਨ ਦੇ ਵਿੱਚ ਲਿਖੀਆਂ ਹੋਈਆਂ ਕਵਿਤਾਵਾਂ, ਪਰ ਵੱਖਰੇ ਵੱਖਰੇ ਅਰਥ ਜਿਹੜੇ ਇਹਨਾਂ ਕਵਿਤਾਵਾਂ ਦੇ ਸਨ। ਪਹਿਲੀ ਕਵਿਤਾ 'ਚੋਂ ਕਹਿ ਰਹੇ ਸੀ ਕਿ ਕਵੀ ਉਦਾਸ ਹੈ ਅਤੇ ਇਸ ਕਰਕੇ ਗੀਤ ਨਹੀਂ ਗਾਉਂਦਾ, ਪਰ ਫਿਰ ਆਪ ਹੀ ਉਹ ਕਹਿੰਦੇ ਨੇ ਕਿ ਪਰਿਸਥਿਤੀਆਂ ਬਦਲ ਗਈਆਂ ਅਤੇ ਕਵੀ ਫਿਰ ਕਹਿ ਰਿਹਾ ਕਿ ਨਵਾਂ ਗੀਤ ਗਾਤਾ ਹੂੰ, ਨਵਾਂ ਗੀਤ ਗਾ ਰਿਹਾ।
ਇਹਨਾਂ ਦੋਵਾਂ ਕਵਿਤਾਵਾਂ ਦੇ ਪਿਛੋਕੜ ਦੇ ਵਿੱਚ ਭਾਰਤ ਦੀ ਸਿਆਸਤ ਦੇ ਉਹ ਦੋ ਪੜਾਅ ਨੇ ਜਿਨ੍ਹਾਂ ਨੇ ਭਾਰਤ ਦੀ ਸਿਆਸਤ ਨੂੰ, ਭਵਿੱਖ ਦੀ ਸਿਆਸਤ ਨੂੰ ਇੱਕ ਨਵੀਂ ਕਿਸਮ ਦਾ ਮਾਹੌਲ ਦਿੱਤਾ। ਉਹ ਮਾਹੌਲ ਇਹ ਸੀ ਕਿ ਜਦੋਂ ਜੈਪ੍ਰਕਾਸ਼ ਨਾਰਾਇਣ ਦੀ ਅਗਵਾਈ ਦੇ ਵਿੱਚ ਭਾਰਤ ਦੇ ਵਿੱਚ ਇੱਕ ਅੰਦੋਲਨ ਉੱਠਿਆ, ਉਹਦੇ 'ਚ ਸਾਰੇ ਲੋਕ ਸ਼ਾਮਿਲ ਸੀ, ਅਟਲ ਬਿਹਾਰੀ ਵਾਜਪੇਈ ਵੀ ਅਤੇ ਅੱਜ ਦੀ ਖੇਤਰੀ ਪਾਰਟੀਆਂ ਦੇ ਵੱਡੇ ਆਗੂ ਮੁਲਾਇਮ ਸਿੰਘ ਯਾਦਵ ਤੋਂ ਲੈ ਕੇ ਨਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਵਗੈਰਾ ਵਗੈਰਾ। ਅਤੇ ਉਹ ਜਨਤਾ ਪਾਰਟੀ ਦੀ ਜਦੋਂ ਫਿਰ ਸਰਕਾਰ ਬਣੀ, ਜਨਤਾ ਪਾਰਟੀ ਦੀ ਸਰਕਾਰ ਬਣੀ ਅਤੇ ਉਹਦੇ 'ਚ ਮੰਤਰੀ ਵੀ ਰਹੇ ਅਟਲ ਬਿਹਾਰੀ ਵਾਜਪੇਈ, ਪਰ ਬਾਅਦ ਵਿੱਚ ਜਨਤਾ ਪਾਰਟੀ ਸਰਕਾਰ ਟੁੱਟ ਗਈ ਅਤੇ ਫਿਰ ਜਨਤਾ ਪਾਰਟੀ ਵੀ ਟੁੱਟ ਗਈ। ਜਦੋਂ ਜਨਤਾ ਪਾਰਟੀ ਟੁੱਟੀ ਤਾਂ ਉਦੋਂ ਉਦਾਸ ਹੋ ਗਿਆ ਕਵੀ, ਤਾਂ ਅਟਲ ਬਿਹਾਰੀ ਵਾਜਪੇਈ ਨੇ ਕਿਹਾ ਕਿ ਗੀਤ ਨਹੀਂ ਕਰਦਾ ਹੂੰ, ਕਿਉਂਕਿ ਉਹ ਬੜੇ ਉਦਾਸ ਹੋ ਗਏ ਕਿ ਬੜਾ ਕੁਝ ਹੋ ਰਿਹਾ ਸੀ, ਫਿਰ ਜਨਤਾ ਪਾਰਟੀ ਟੁੱਟ ਗਈ। ਪਰ ਉਦਾਸੀ ਫਿਰ ਟੁੱਟੀ ਉਹਨਾਂ ਦੀ ਜਦੋਂ ਜਨਤਾ ਪਾਰਟੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਅਤੇ ਇਹ ਉਦੋਂ ਜਨਸੰਘ 'ਚ ਸੀਗੇ ਅਟਲ ਬਿਹਾਰੀ ਵਾਜਪੇਈ, ਅਤੇ ਜਨਸੰਘ ਤੋਂ ਬਾਅਦ ਪਾਰਟੀ ਦੀ ਫੋਰਮੇਸ਼ਨ ਜਿਹੜੀ ਹੋਈ ਭਾਰਤੀ ਜਨਤਾ ਪਾਰਟੀ ਦੀ, ਉਹ ਉਹਦੇ 'ਚ ਵੱਡਾ ਰੋਲ ਰਿਹਾ ਅਟਲ ਬਿਹਾਰੀ ਵਾਜਪੇਈ ਦਾ। ਅਤੇ ਉਤਸ਼ਾਹ 'ਚ ਆ ਕੇ ਇਹ ਲਿਖਿਆ ਕਿ ਗੀਤ ਨਯਾ ਗਾਤਾ ਹੂੰ, ਉਹਨਾਂ ਨੂੰ ਲੱਗਾ ਕਿ ਸ਼ਾਇਦ ਹੁਣ ਉਹ ਜੋ ਕੁਝ ਚਾਹੁੰਦੇ ਆ ਭਾਰਤ ਦੇ ਵਿੱਚ ਹੋਏਗਾ। ਪਰ ਜੇ ਕਵਿਤਾ ਦੀ ਗੱਲ ਕਰੀਏ ਤਾਂ ਕਵਿਤਾ ਬਾਰੇ ਬੜੀ ਬੇਬਾਕੀ ਨਾਲ ਮੈਂ ਗੱਲ ਕਹਿਣੀ ਚਾਹੁੰਦਾ ਕਿ ਕਵੀ ਕਈ ਵਾਰ ਭਾਵੁਕ ਹੋ ਜਾਂਦਾ, ਪਰ ਕਵਿਤਾ ਦੇ ਵਿੱਚ ਕਈ ਵਾਰੀ ਬਹੁਤਾ ਸੱਚ ਨਹੀਂ ਹੁੰਦਾ, ਮੁਕੰਮਲ ਸੱਚ ਤਾਂ ਕਦੀ ਵੀ ਨਹੀਂ ਹੁੰਦਾ ਕਵਿਤਾ ਦੇ ਵਿੱਚ। ਕਵਿਤਾ ਦੇ ਵਿੱਚ ਜਦੋਂ ਕਵੀ ਕਵਿਤਾ ਲਿਖ ਰਿਹਾ ਹੁੰਦਾ ਨਾ, ਉਹ ਉਦੋਂ ਹੋਰ ਦੁਨੀਆ ਦੇ ਵਿੱਚ ਹੁੰਦਾ, ਕੁਝ ਹੋਰ ਤਰ੍ਹਾਂ ਸੋਚਦਾ, ਪਰ ਜਦੋਂ ਅਸਲੀਅਤ ਦੇ ਵਿੱਚ ਆਪਣਾ ਜੀਵਨ ਉਹ ਜਿਉਂਦਾ ਅਤੇ ਜਿਸ ਤਰ੍ਹਾਂ ਦੀ ਉਹਦੀ ਵਿਚਾਰਧਾਰਾ ਹੁੰਦੀ, ਉਹਦੇ ਮੁਤਾਬਕ ਫਿਰ ਉਹਦੇ ਕਰਮ ਹੁੰਦੇ ਚਲੇ ਜਾਂਦੇ ਆ। ਜੇ ਕਵੀ ਦੇ ਤੌਰ 'ਤੇ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਅਟਲ ਬਿਹਾਰੀ ਵਾਜਪੇਈ ਬਹੁਤ ਵੱਡੇ ਕਵੀ ਨਹੀਂ ਸਨ, ਉਹ ਔਸਤ ਦਰਜੇ ਦੇ ਕਵੀ ਸਨ, ਅਤੇ ਇਹੀ ਉਹਨਾਂ ਦੀ ਸਭ ਤੋਂ ਪਾਪੂਲਰ ਕਵਿਤਾ ਜਿਹੜੀ ਅਸੀਂ ਤੁਹਾਨੂੰ ਸੁਣਾ ਦਿੱਤੀ ਹੈ। ਪਰ ਉਹਨਾਂ ਦਾ ਕਵੀ ਦੇ ਚੋਲੇ 'ਚੋਂ ਬਾਹਰ ਆ ਕੇ ਇੱਕ ਰਾਜਨੀਤੀਵਾਨ ਬਣਨਾ ਅਤੇ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫ਼ਰ ਜਿਹੜਾ ਆ, ਉਹਦੇ 'ਚ ਬਹੁਤ ਕੁਝ ਇੱਦਾਂ ਦਾ ਹੈ ਜਿਹੜਾ ਸਾਨੂੰ ਤੁਹਾਨੂੰ ਦੱਸਣਾ ਬਣਦਾ ਹੈ। ਅਟਲ ਬਿਹਾਰੀ ਵਾਜਪੇਈ ਜਦੋਂ ਅੱਜ ਸਾਡੇ ਵਿਚਕਾਰ ਨਹੀਂ, ਅਤੇ ਉਹਨਾਂ ਬਾਰੇ ਸਾਡਾ ਸੋ ਕਾਲਡ ਨੈਸ਼ਨਲ ਮੀਡੀਆ ਜਿਹੜਾ ਬਹੁਤਾ ਪ੍ਰਾਈਵੇਟ ਹੈ, ਉਹ ਜਿਸ ਤਰ੍ਹਾਂ ਚਰਚਾ ਕਰ ਰਿਹਾ, ਲਗਾਤਾਰ ਜਿਸ ਤਰ੍ਹਾਂ ਚਰਚਾ ਕਰ ਰਿਹਾ, ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੁਕ ਰਹੀਆਂ ਨੇ, ਜਿਹੜੀਆਂ ਚੀਜ਼ਾਂ ਬਾਰੇ ਸਾਡੇ ਦੋਸਤਾਂ ਨੂੰ ਜਾਣਕਾਰੀ ਚਾਹੀਦੀ ਹੈ ਜਾਂ ਇਹ ਪਤਾ ਹੋਣਾ ਚਾਹੀਦਾ ਕਿ ਅਟਲ ਬਿਹਾਰੀ ਵਾਜਪੇਈ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਉਹ ਚੀਜ਼ਾਂ ਨਾ ਲੁਕ ਜਾਣ ਜਿਹੜੀਆਂ ਚੀਜ਼ਾਂ ਉਹਨਾਂ ਦੇ ਰਾਜਨੀਤਿਕ ਜੀਵਨ ਦੇ ਵਿੱਚ ਵਾਪਰਦੀਆਂ ਰਹੀਆਂ ਨੇ ਉਹਨਾਂ ਦੇ ਹੁੰਦਿਆਂ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ। ਦੇਖੋ ਸਾਡੀ ਭਾਰਤੀ ਪਰੰਪਰਾ ਦੇ ਵਿੱਚ ਇਹ ਹੈ ਕਿ ਜਦੋਂ ਕੋਈ ਵਿਅਕਤੀ ਤੁਰ ਜਾਂਦਾ ਸਦਾ ਵਾਸਤੇ, ਤਾਂ ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਹੋਏ ਉਹਨਾਂ ਦੀ ਪ੍ਰਸ਼ੰਸਾ ਹੀ ਕਰਦੇ ਹਾਂ, ਬਹੁਤ ਹੀ ਨੁਕਤਾਚੀਨੀ ਨਹੀਂ ਕਰਦੇ। ਪਰ ਪ੍ਰਸ਼ੰਸਾ ਦੇ ਵਿੱਚ ਇਤਿਹਾਸਕ ਤੌਰ ਦੇ ਉੱਤੇ ਕੁਝ ਜਿਹੜੇ ਤੱਥ ਹੈ ਉਹ ਲੁਕ ਜਾਣ, ਇਹ ਵੀ ਠੀਕ ਗੱਲ ਨਹੀਂ ਹੈ। ਦੇਖੋ ਅਟਲ ਬਿਹਾਰੀ ਵਾਜਪੇਈ ਹੋਰਾਂ ਨੂੰ ਨਮਨ ਹੈ, ਅਸੀਂ ਪਹਿਲਾਂ ਵੀ ਉਹਨਾਂ ਨੂੰ ਖਬਰਾਂ ਦੇ ਵਿੱਚ ਵੀ ਅਕੀਦਤ ਦੇ ਫੁੱਲ ਭੇਟ ਕਰ ਚੁੱਕੇ ਹਾਂ, ਪਰ ਨਾਲ ਦੀ ਨਾਲ ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਸ ਵਿਚਾਰਧਾਰਾ ਨੇ ਭਾਰਤੀ ਆਵਾਮ ਲਈ ਬਹੁਤ ਸਾਰੇ ਸੰਕਟ ਵੀ ਪੈਦਾ ਕੀਤੇ ਹੈ। ਕੁਝ ਤੱਥ ਨੇ ਅਟਲ ਬਿਹਾਰੀ ਵਾਜਪੇਈ ਹੋਰਾਂ ਬਾਰੇ ਜਿਹੜੇ ਜ਼ਰੂਰ ਸਾਡੀ ਜਾਣਕਾਰੀ 'ਚ ਚਾਹੀਦੇ ਨੇ। ਮਸਲਨ ਬਾਬਰੀ ਮਸਜਿਦ ਦਾ ਮਸਲਾ ਹੈ, ਬਾਬਰੀ ਮਸਜਿਦ ਜਦੋਂ ਢਾਈ ਗਈ ਉਸ ਤੋਂ ਇੱਕ ਦਿਨ ਪਹਿਲਾਂ ਬਾਬਰੀ ਮਸਜਿਦ ਬਾਰੇ ਗੱਲ ਕਰਦਿਆਂ, ਕਾਰ ਸੇਵਾ ਦਾ ਜ਼ਿਕਰ ਕਰਦਿਆਂ ਅਟਲ ਬਿਹਾਰੀ ਵਾਜਪੇਈ ਨੇ ਇੱਕ ਰੈਲੀ ਦੇ ਵਿੱਚ ਭਾਸ਼ਣ ਦਿੱਤਾ, ਅਤੇ ਰੈਲੀ 'ਚ ਭਾਸ਼ਣ ਕੀ ਦਿੱਤਾ, ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤਾ ਹੈ ਕਿ ਅਸੀਂ ਕਾਰ ਸੇਵਾ ਕਰੀਏ, ਅਤੇ ਉਹਨੂੰ ਰੋਕਣ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ। ਕਾਰ ਸੇਵਾ ਕਰਕੇ ਸੁਪਰੀਮ ਕੋਰਟ ਦੀ ਕੋਈ ਉਲੰਘਣਾ ਨਹੀਂ ਹੋਣੀ, ਸਗੋਂ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰ ਰਹੇ ਹੋਵਾਂਗੇ, ਉਹਨਾਂ ਨੇ ਆਪਣੇ ਭਾਸ਼ਣ 'ਚ ਇਹ ਗੱਲ ਕਹੀ। ਉਹਨਾਂ ਨੇ ਭਾਸ਼ਣ 'ਚ ਇਹ ਵੀ ਗੱਲ ਕਹੀ ਵੀ ਜਿੱਥੇ ਨੁਕੀਲੇ ਪੱਥਰ ਨਿਕਲੇ ਹੋਣ ਉਹਨਾਂ 'ਤੇ ਕੋਈ ਬੈਠ ਨਹੀਂ ਸਕਦਾ, ਤਾਂ ਫਿਰ ਜ਼ਮੀਨ ਨੂੰ ਸਮਤਲ ਕਰਨਾ ਪਊਗਾ, ਬੈਠਣ ਲਾਇਕ ਕਰਨਾ ਪਊਗਾ। ਮੈਂ ਨਹੀਂ ਜਾਣਦਾ ਕੱਲ੍ਹ ਕੀ ਹੋਣਾ, ਮੇਰੀ ਅਯੁੱਧਿਆ ਜਾਣ ਦੀ ਬੜੀ ਇੱਛਾ ਸੀ, ਪਰ ਮੈਨੂੰ ਦਿੱਲੀ ਆਉਣ ਵਾਸਤੇ ਕਿਹਾ ਗਿਆ, ਇਸ ਕਰਕੇ ਮੈਂ ਉਸ ਹੁਕਮ ਦਾ ਪਾਲਣ ਕਰਾਂਗਾ। ਇਹ ਅਟਲ ਬਿਹਾਰੀ ਵਾਜਪੇਈ ਦਾ ਉਹ ਬਿਆਨ ਹੈ ਜਿਹੜਾ ਰਿਕਾਰਡਡ ਹੈ, ਅਤੇ ਉਹ ਬਿਆਨ ਤੁਹਾਨੂੰ ਅਸੀਂ ਸੁਣਾਉਣਾ ਵੀ ਹੈ ਤਾਂ ਜੋ ਸਪਸ਼ਟ ਹੋ ਸਕੇ ਵੀ ਅਟਲ ਬਿਹਾਰੀ ਵਾਜਪੇਈ, ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਰਿਹਾ ਕਿ ਅਟਲ ਬਿਹਾਰੀ ਵਾਜਪੇਈ ਬਹੁਤ ਵਧੀਆ ਵਿਅਕਤੀ ਨੇ ਪਰ ਉਹ ਗਲਤ ਪਾਰਟੀ 'ਚ ਨੇ, ਅਤੇ ਅੱਜ ਜਦੋਂ ਤੁਸੀਂ ਉਹਨਾਂ ਦਾ ਇਹ ਬਿਆਨ ਸੁਣੋਗੇ ਉਹਨਾਂ ਦੀ ਆਵਾਜ਼ ਦੇ ਵਿੱਚ, ਤਾਂ ਪਤਾ ਲੱਗੇਗਾ ਕਿ ਬਾਬਰੀ ਮਸਜਿਦ ਨੂੰ ਜਿਹੜਾ ਢਾਉਣ ਦਾ ਇੱਕ ਜਨੂੰਨ ਪੈਦਾ ਹੋਇਆ ਕਾਰ ਸੇਵਕਾਂ ਦੇ ਵਿੱਚ, ਜਿਹਦੇ ਲਈ ਆਮ ਤੌਰ ਦੇ ਉੱਤੇ ਲਾਲ ਕਿਸ਼ਨ ਅਡਵਾਨੀ ਨੂੰ ਵੀ ਬਹੁਤਾ ਜ਼ਿੰਮੇਵਾਰ ਸਮਝਿਆ ਜਾਂਦਾ ਹੈ,
ਉਹ ਬਾਬਰੀ ਮਸਜਿਦ ਨੂੰ ਢਾਉਣ ਦਾ ਜਨੂੰਨ ਪੈਦਾ ਕਰਨ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਦਾ ਵੀ ਇੱਕ ਵੱਡਾ ਹਿੱਸਾ ਸੀ, ਕਿਉਂਕਿ ਉਹਨਾਂ ਦੇ ਉਹ ਭਾਸ਼ਣ ਕਲਾ ਦੇ ਮਾਹਰ ਸਨ ਤੇ ਉਹਨਾਂ ਦਾ ਭਾਸ਼ਣ ਜਿਹੜਾ ਲੋਕਾਂ ਨੂੰ ਅੰਦੋਲਿਤ ਵੀ ਕਰਦਾ ਸੀ, ਲੋਕਾਂ ਦੇ ਵਿੱਚ ਜਨੂੰਨ ਵੀ ਪੈਦਾ ਕਰਦਾ ਸੀ। ਪਹਿਲਾਂ ਇਹ ਭਾਸ਼ਣ ਹੀ ਸੁਣ ਲਓ ਤੁਸੀਂ, ਰਿਕਾਰਡਡ ਭਾਸ਼ਣ ਹੈ, ਵੀਡੀਓ 'ਚ ਹੈ, ਦੁਨੀਆ ਭਰ 'ਚ ਵੀਡੀਓ ਦੇਖੀ ਗਈ ਹੈ, ਤੁਸੀਂ ਵੀ ਇਹ ਭਾਸ਼ਣ ਸੁਣੋ। ਇਤਿਹਾਸਕ ਪਰ ਬਹੁਤ ਹੀ ਵਿਵਾਦਗ੍ਰਸਤ ਭਾਸ਼ਣ, ਬਾਬਰੀ ਮਸਜਿਦ ਢਾਉਣ ਤੋਂ ਇੱਕ ਦਿਨ ਪਹਿਲਾਂ ਦਾ ਇਹ ਭਾਸ਼ਣ। ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਹੈ ਉਸਕਾ ਅਰਥ ਮੈਂ ਇਹ ਨਿਕਾਲਤਾ ਹੂੰ, ਵੋ ਕਾਰ ਸੇਵਾ ਲੋਕ ਤਾਂ ਨਹੀਂ ਹੈ, ਸਚਮੁਚ ਮੈਂ ਸੁਪਰੀਮ ਕੋਰਟ ਨੇ ਹਮੇ ਅਧਿਕਾਰ ਦਿਆ ਹੈ ਕਿ ਹਮ ਕਾਰ ਸੇਵਾ ਕਰੇ। ਰੋਕਣੇ ਕਾ ਤੋ ਸਵਾਲ ਹੀ ਨਹੀਂ। ਕਲ ਕਾਰ ਸੇਵਾ ਕਰਕੇ ਅਯੋਧਿਆ ਮੈਂ सर्वोच्च न्यायालय के किसी निर्णय की अवहेलना नहीं होगी, कार सेवा करके सर्वोच्च न्यायालय के निर्णय का सम्मान किया जाएगा, पराक्रम किया जाएगा। के बाद वहां नुकीले पत्थर निकले, उन पर तो कोई नहीं बैठ सकता, तो जमीन को समतल करना पड़ेगा, बैठने लायक बनाना पड़ेगा। यज्ञ का आयोजन होगा, मैं नहीं जानता कल वहां क्या होगा। मेरी अयोध्या जाने की इच्छा थी मगर मुझे कहा गया तुम दिल्ली जाओ, और मैं आदेश का पालन करूंगा। ਅਟਲ ਬਿਹਾਰੀ ਵਾਜਪੇਈ ਦਾ ਇਹ ਭਾਸ਼ਣ ਬਾਬਰੀ ਮਸਜਿਦ ਢਾਏ ਜਾਣ ਤੋਂ ਇੱਕ ਦਿਨ ਪਹਿਲਾਂ ਦਾ ਹੈ। ਭਾਸ਼ਣ ਦੇ ਦੌਰਾਨ ਤੁਸੀਂ ਪਿੱਠ ਭੂਮੀ ਦੇ ਵਿੱਚ ਜੈ ਸ਼੍ਰੀ ਰਾਮ ਦੇ ਜਨੂੰਨੀ ਨਾਅਰੇ ਸੁਣੇ ਹੈ, ਤੇ ਕੌਣ ਮੁਕਤ ਕਰ ਸਕਦਾ ਹੈ ਇਸ ਜ਼ਿੰਮੇਵਾਰੀ ਤੋਂ ਕਿ ਬਾਬਰੀ ਮਸਜਿਦ ਜੇ ਢਾਈ ਗਈ ਹੈ ਤੇ ਉਹਦੇ ਪਿੱਛੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੋਂ ਕਿੱਦਾਂ ਮੁਕਤੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ? ਇਹ ਨਹੀਂ, ਹੋਰ ਬਹੁਤ ਸਾਰੀਆਂ ਗੱਲਾਂ ਨੇ ਅਟਲ ਬਿਹਾਰੀ ਵਾਜਪੇਈ ਦੀ ਰਾਜਨੀਤੀ ਬਾਰੇ। ਜਦੋਂ 1984 ਦਾ ਸਾਕਾ ਵਾਪਰਦਾ ਹੈ, ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ, ਭਾਵੇਂ ਬੜਾ ਪ੍ਰਚਾਰਿਆ ਗਿਆ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਤੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਟਲ ਬਿਹਾਰੀ ਵਾਜਪੇਈ ਨੇ, ਸੱਚ ਇਹ ਨਹੀਂ ਹੈ। ਤੱਥ ਇਹ ਹੈ ਕਿ ਜਦੋਂ ਹਮਲਾ ਹੁੰਦਾ ਹੈ ਅਤੇ ਹਮਲੇ ਤੋਂ ਬਾਅਦ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਇਹ ਅਟਲ ਬਿਹਾਰੀ ਵਾਜਪੇਈ ਹੋ ਰਹੀ ਸਨ। ਸੋ ਇਸ ਬਹੁਤ ਸਾਰੀਆਂ ਗੱਲਾਂ ਨੇ, ਤੱਥ ਨੇ, ਤੱਥ ਬੜੇ ਬੇਸ਼ਰਮ ਵੀ ਹੁੰਦੇ ਨੇ, ਤੱਥ ਜਿਹੜੇ ਹੈ ਉਹ ਤੁਹਾਡਾ ਸਾਰਾ ਕੁਝ ਸਾਡੇ ਸਾਹਮਣੇ ਵੀ ਲੈ ਕੇ ਆਉਂਦੇ ਨੇ। ਅਤੇ ਇਹ ਵੀ ਤੱਥ ਹੈ ਕਿ ਅੰਗਰੇਜ਼ ਸਾਮਰਾਜ ਦੇ ਪੈਰੋਕਾਰ ਰਹੇ ਨੇ ਅਟਲ ਬਿਹਾਰੀ ਵਾਜਪੇਈ, ਰਾਸ਼ਟਰੀ ਸਵੈਮ ਸੇਵਕ 'ਚ ਰਹੇ ਪਹਿਲਾਂ, ਫਿਰ ਜਨਸੰਘ ਦੇ ਆਗੂ ਬਣੇ, ਫਿਰ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਬਣੇ, ਫਿਰ ਪ੍ਰਧਾਨ ਮੰਤਰੀ ਬਣੇ। ਅਤੇ ਭਾਰਤੀ ਜਨਤਾ ਪਾਰਟੀ ਜਾਂ RSS ਜਾਂ ਜਨਸੰਘ, ਇਹਨਾਂ ਦੀ ਰਾਜਨੀਤੀ ਕੀ ਹੈ ਜਾਂ ਇਹਨਾਂ ਦੀ ਵਿਚਾਰਧਾਰਾ ਕੀ ਹੈ, ਕਿਹਦੇ ਤੋਂ ਲੁਕੀ ਹੋਈ ਹੈ? ਇਹ ਬੜੀ ਅਜੀਬ ਜਿਹੀ ਗੱਲ ਹੈ। ਜਦੋਂ ਇਹ ਕਿਹਾ ਜਾ ਰਿਹਾ ਸੀ ਜਦੋਂ ਬਾਬਰੀ ਮਸਜਿਦ ਢਾਈ ਗਈ ਵੀ ਲਓ ਜੀ ਜਿਹੜੇ ਲਾਲਜੀ ਛਡਵਾਨੀ ਉਹ ਬੜੇ ਕੱਟੜ ਹੈ ਅਤੇ ਅਟਲ ਬਿਹਾਰੀ ਵਾਜਪੇਈ ਬੜੇ ਉਦਾਰ ਹੈ। ਤੁਸੀਂ ਦੇਖੋ ਇਤਿਹਾਸ ਕਿੱਦਾਂ ਅੱਗੇ ਤੁਰਦਾ ਹੈ ਅਤੇ ਦਿਨ ਜਦੋਂ ਬਦਲਦੇ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਕਿੱਦਾਂ ਬਦਲ ਜਾਂਦੀਆਂ। ਉਹੀ ਲਾਲ ਕ੍ਰਿਸ਼ਨ ਅਡਵਾਨੀ ਜਿਹਨਾਂ ਨੂੰ ਉਦੋਂ ਕਿਹਾ ਜਾਂਦਾ ਸੀ ਵੀ ਉਹ ਬੜੇ ਕੱਟੜਵਾਦੀ ਹੈ, ਬੜੇ ਕੱਟੜਵਾਦੀ ਹੈ, ਅਟਲ ਬਿਹਾਰੀ ਵਾਜਪੇਈ ਬੜੇ ਨਰਮ ਉਦਾਰਵਾਦੀ ਹੈਗੇ ਹੈ। ਉਹੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਜਦੋਂ ਨਰਿੰਦਰ ਮੋਦੀ ਦੇਸ਼ ਦੀ ਸੱਤਾ 'ਤੇ ਕਾਬਜ਼ ਹੁੰਦੇ ਹੈ ਉਦੋਂ ਇਹ ਕਿਹਾ ਜਾਣ ਲੱਗ ਪਿਆ ਕਿ ਨਰਿੰਦਰ ਮੋਦੀ ਬਹੁਤ ਕੱਟੜ ਹੈ ਅਤੇ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਹੈ ਉਹ ਕਾਫ਼ੀ ਉਦਾਰ ਹੈ ਉਹਨਾਂ ਦੇ ਮੁਕਾਬਲੇ। ਇਸੇ ਕਰਕੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਕਿ ਉਹ ਬਹੁਤ ਕੱਟੜ ਨੇ, ਉਹ ਸ਼ਾਇਦ ਸਾਡਾ ਹਿੰਦੂ ਰਾਸ਼ਟਰ ਦਾ ਸੁਪਨਾ ਪੂਰਾ ਕਰਨਗੇ, ਲਾਲ ਕ੍ਰਿਸ਼ਨ ਅਡਵਾਨੀ ਨਹੀਂ। ਯਾਨੀ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਬਾਬਰੀ ਮਸਜਿਦ ਵੇਲੇ ਬਹੁਤ ਜ਼ਿਆਦਾ ਕੱਟੜ ਹੁੰਦੇ ਸੀ, ਅਟਲ ਬਿਹਾਰੀ ਵਾਜਪੇਈ ਉਦਾਰ ਹੁੰਦੇ ਸੀ, ਅੱਜ ਨਰਿੰਦਰ ਮੋਦੀ ਜਿਹੜੇ ਹੈ ਉਹ ਦੇਖ ਲਓ ਤੁਸੀਂ ਉਹਨਾਂ ਦੇ ਆਉਣ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਉਦਾਰ ਆਗੂ ਬਣ ਗਏ ਭਾਰਤੀ ਜਨਤਾ ਪਾਰਟੀ ਦੇ। ਉਸ ਤੋਂ ਅੱਗੇ ਕੀ ਹੋ ਰਿਹਾ, ਆਉਣ ਵਾਲਾ ਸਮਾਂ ਕੀ ਦੱਸ ਰਿਹਾ ਸਾਨੂੰ? ਹੁਣ ਇਹ ਦੱਸ ਰਿਹਾ ਵੀ ਜਦੋਂ ਆਦਿੱਤਿਆ ਨਾਥ ਯੋਗੀ ਆ ਗਿਆ ਅਤੇ ਫਿਰ ਕਿਹਾ ਜਾਣ ਲੱਗ ਪਿਆ ਕਿ ਆਦਿੱਤਿਆ ਨਾਥ ਯੋਗੀ ਜਿਹੜਾ ਆ ਉਹ ਹੁਣ ਉੱਤਰ ਪ੍ਰਦੇਸ਼ 'ਚ ਆ ਗਿਆ, ਉਹ ਰਾਮ ਮੰਦਿਰ ਦਾ ਜਿਹੜਾ ਨਿਰਮਾਣ ਉੱਥੇ ਕਰਾਏਗਾ ਉਹ ਜ਼ਿਆਦਾ ਕੱਟੜ ਹੈ। ਹੌਲੀ ਹੌਲੀ ਇੱਕ ਸਮਾਂ ਇੱਦਾਂ ਦਾ ਆਏਗਾ ਜਦੋਂ ਨਰਿੰਦਰ ਮੋਦੀ ਨੂੰ ਉਦਾਰ ਲੀਡਰ ਦੇ ਤੌਰ 'ਤੇ ਦੱਸਿਆ ਜਾਏਗਾ, ਯਾਨੀ ਕੱਟੜਤਾ ਲਗਾਤਾਰ ਵੱਧ ਰਹੀ ਹੈ। ਦੂਜੀ ਗੱਲ, ਜਦੋਂ ਅਸੀਂ ਅਟਲ ਬਿਹਾਰੀ ਵਾਜਪੇਈ ਬਾਰੇ ਗੱਲ ਕਰ ਰਹੇ ਹਾਂ ਅਤੇ
ਜਿਹੜੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਮਾਹੌਲ 'ਚ ਅਸੀਂ ਜੀ ਰਹੇ ਹਾਂ, ਇਹ ਮਾਹੌਲ ਪੈਦਾ ਜਿਹੜਾ ਹੋਇਆ ਇਹਦੇ 'ਚ ਅਟਲ ਬਿਹਾਰੀ ਵਾਜਪੇਈ ਦੀ ਜਿਹੜੀ ਰਾਜਨੀਤੀ ਹੈ, ਜਿਹਦੀ ਰਾਜਨੀਤੀ ਨੂੰ ਅੱਗੇ ਤੋਰਦਿਆਂ ਅੱਜ ਦੇਸ਼ ਦੇ ਹਾਕਮ ਸਾਡੇ 'ਤੇ ਰਾਜ ਕਰ ਰਹੇ ਨੇ, ਉਹ ਰਾਜਨੀਤੀ ਦੇਸ਼ ਦੇ ਆਮ ਬੰਦੇ ਦੇ ਹੱਕ ਦੇ ਵਿੱਚ ਨਹੀਂ ਹੈ। ਕਿਉਂਕਿ ਇੱਕ ਨੌਜਵਾਨ ਜਿਹੜਾ ਦੇਸ਼ ਦਾ ਭਲਾ ਚਾਹੁੰਦਾ ਹੈ, ਉਹਨੂੰ ਜਿਹੜੀ ਸਾਡੀ ਭਾਰਤੀ ਸਟੇਟ ਹੈ ਕਿਵੇਂ ਡੀਲ ਕਰਦੀ ਹੈ, ਉਹ ਤੁਸੀਂ 84 ਦੇ ਦਿਨਾਂ 'ਚ ਵੀ ਦੇਖਿਆ, ਉਹ ਤੁਸੀਂ ਜਿਹੜਾ ਮਾਓਵਾਦ ਦਾ ਅੰਦੋਲਨ ਹੈ ਉਹ 'ਚ ਵੀ ਦੇਖ ਰਹੇ ਹੋ ਕਿ ਠੀਕ ਹੈ ਖਾਲਿਸਤਾਨ ਦਾ ਇੱਕ ਅੰਦੋਲਨ ਰਿਹਾ, ਉਹਦੇ 'ਚ ਜਿਹੜੇ ਇਨਵੋਲਵ ਲੋਕ ਰਹੇ ਨੇ ਉਹਨਾਂ ਦੀ ਆਪਣੀ ਕਿਸਮ ਦੀ ਇੱਕ ਆਈਡੀਓਲੋਜੀ ਰਹੀ ਹੈ, ਪਰ ਉਸ ਅੰਦੋਲਨ ਦੇ ਦੌਰਾਨ ਬਹੁਤ ਕੁਝ ਇੱਦਾਂ ਦਾ ਹੋਇਆ ਜਿਹੜਾ ਇੰਨੇ ਜ਼ਖਮ ਦੇ ਕੇ ਗਿਆ, ਜਿਹੜੇ ਜ਼ਖਮ ਅੱਜ ਤੱਕ ਵੀ ਜਿਹੜੇ ਆ ਭਰੇ ਨਹੀਂ ਗਏ। 1984 ਦੇ ਵਿੱਚ ਬਹੁਤ ਸਾਰੇ ਬੇਕਸੂਰ ਨੌਜਵਾਨ ਮਾਰੇ ਗਏ ਜਿਨ੍ਹਾਂ ਦਾ ਕਿਤੇ ਕੋਈ ਦੋਸ਼ ਨਹੀਂ ਸੀ, ਦੋਵਾਂ ਪਾਸਿਆਂ ਤੋਂ, ਸਰਕਾਰੀ ਦਹਿਸ਼ਤਗਰਦੀ ਦੇ ਨਾਲ ਵੀ ਅਤੇ ਇੱਕ ਦੂਸਰੇ ਕਿਸਮ ਦੀ ਜਿਹੜੀ ਦਹਿਸ਼ਤਗਰਦੀ ਸੀ ਉਸ ਦੌਰ ਦੀ ਉਹਦੇ ਨਾਲ ਵੀ। ਖਾਸ ਤੌਰ 'ਤੇ ਜਦੋਂ ਸਰਕਾਰੀ ਦਹਿਸ਼ਤਗਰਦੀ ਦੇ ਵਿੱਚ ਜਿਹੜੇ ਬੇਕਸੂਰ ਨੌਜਵਾਨ ਮਾਰੇ ਜਾਂਦੇ ਰਹੇ ਜਾਂ ਅੱਜ ਵੀ ਮਾਰੇ ਜਾ ਰਹੇ ਨੇ ਮਾਓਵਾਦੀ ਅੰਦੋਲਨ ਦੇ ਵਿੱਚ, ਜਿਨ੍ਹਾਂ ਦਾ ਕਿਤੇ ਕੁਝ ਲੈਣ ਦੇਣ ਨਹੀਂ ਆ ਮਾਓਵਾਦੀ ਅੰਦੋਲਨ ਦੇ ਨਾਲ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਝੂਠੇ ਪੁਲਿਸ ਮੁਕਾਬਲਿਆਂ 'ਚ। ਇਹ ਇੰਡੀਅਨ ਸਟੇਟ ਦੀ ਜਿਹੜੀ ਪੋਲਿਸੀ ਹੈ ਉਹਦੇ ਬਹੁਤ ਵੱਡੇ ਸਪੋਰਟਰ ਜਿਹੜੇ ਆ ਅਟਲ ਬਿਹਾਰੀ ਵਾਜਪੇਈ ਰਹੇ ਆ। ਸੋ ਇੱਕ ਹੋਰ ਗੱਲ ਵੀ ਜਿਹੜੀ ਹੈ, ਸਾਡੇ ਦੇਸ਼ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਜਿਹੜੇ ਅਧਿਕਾਰ ਨੇ, ਖੁਦ ਮੁਖਤਿਆਰੀ ਦੇ ਅਧਿਕਾਰ ਜਿਹੜੇ ਅਸੀਂ ਮੰਗਦੇ ਹਾਂ, ਉਹਨਾਂ ਦਾ ਵੀ ਵਿਰੋਧ ਇਹਨਾਂ ਦੀ ਰਾਜਨੀਤੀ ਕਰਦੀ ਰਹੀ ਹੈ। ਸੋ ਅਟਲ ਬਿਹਾਰੀ ਵਾਜਪੇਈ ਹੋਰਾਂ ਦਾ ਜਿਸ ਕਿਸਮ ਦਾ ਰਾਜਨੀਤਿਕ ਕਿਰਦਾਰ ਰਿਹਾ ਉਹਦੀ ਗੱਲ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਸੀ ਇਸ ਪਹਿਲੇ ਸੈਗਮੈਂਟ ਦੇ ਵਿੱਚ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਅਸੀਂ ਆਉਂਦੇ ਦਿਨਾਂ ਦੇ ਵਿੱਚ ਵੀ ਜਦੋਂ ਕੋਈ ਮਸਲਾ ਖੜਾ ਹੁੰਦਾ ਹੈ ਉਹਦੇ 'ਤੇ ਚਰਚਾ ਕਰਾਂਗੇ। ਅਸੀਂ ਇਹ ਸੈਗਮੈਂਟ ਇੱਥੇ ਖਤਮ ਕਰਾਂਗੇ, ਦੂਜੇ ਸੈਗਮੈਂਟ 'ਚ ਮਿਲਦੇ ਹਾਂ ਤੁਹਾਨੂੰ, ਆਜ਼ਾਦੀ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਇਹ ਆਜ਼ਾਦੀ ਹੈ ਅੱਜ ਅਤੇ ਦੋਵਾਂ ਪੰਜਾਬਾਂ ਨੂੰ ਖਾਸ ਤੌਰ ਦੇ ਉੱਤੇ ਕੀ ਮਿਲਿਆ ਇਸ ਆਜ਼ਾਦੀ ਦੇ ਵਿੱਚ। ਉਡੀਕ ਕਰੋ ਦੂਸਰੇ ਸੈਗਮੈਂਟ ਦੀ, ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਮੈਂ ਸੁਸ਼ੀਲ ਦੋਸਾਂਝ ਸਾਂਝੀ ਸੱਥ ਦੇ ਦੂਸਰੇ ਸੈਗਮੈਂਟ ਦੇ ਵਿੱਚ ਫਿਰ ਤੁਹਾਨੂੰ ਮੁਖਾਤਵਾਂ ਜੀ। ਅਸੀਂ ਇਸ ਸੈਗਮੈਂਟ ਦੇ ਵਿੱਚ ਭਾਰਤ ਦੀ ਆਜ਼ਾਦੀ ਦਾ ਜ਼ਿਕਰ ਕਰਨਾ ਹੈ। ਜੇ ਇਸ ਆਜ਼ਾਦੀ ਦੇ ਜਸ਼ਨ ਲਾਲ ਕਿਲੇ ਦੀ ਫਸੀਲ ਤੋਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨਾਉਂਦੇ ਨੇ ਅਤੇ 82 ਮਿੰਟ ਦਾ ਭਾਸ਼ਣ ਕਰਦੇ ਨੇ, ਅਤੇ ਉਸ ਭਾਸ਼ਣ ਦੇ ਵਿੱਚ ਚਿੰਤਾ ਬਹੁਤੀ ਰਹਿੰਦੀ ਹੈ ਅਗਲੀਆਂ ਲੋਕ ਸਭਾ ਚੋਣਾਂ ਦੀ, 4.5 ਸਾਲ ਦੇ ਵਿੱਚ ਕੀ ਕੀਤਾ, ਉਹਦੀਆਂ ਬੜੀਆਂ ਕਾਮਯਾਬੀਆਂ ਉਹਨਾਂ ਨੇ ਗਿਣਾਈਆਂ, ਪਰ ਉਹ ਦਾਅਵੇ ਕਰਦੇ ਨੇ 2022 ਦੇ ਵਿੱਚ ਆਪਣਾ ਇੱਕ ਮਨੁੱਖੀ ਮਿਸ਼ਨ ਪੁਲਾੜ ਦੇ ਵਿੱਚ ਭੇਜਣ ਦੇ। ਪਰ ਆਪਣੀ ਧਰਤੀ ਦੇ ਉੱਤੇ ਮੁਲਕ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਮੁਲਕ ਦਾ ਇੱਕ ਆਮ ਬੰਦਾ ਕਿਹੜੀ ਔਖਿਆਈ ਦੇ ਵਿੱਚ ਆਪਣਾ ਜੀਵਨ ਜੀਉ ਰਿਹਾ, ਉਸ ਔਖਿਆਈ ਦਾ, ਉਸ ਮੁਸ਼ਕਲ ਦਾ, ਉਸ ਗਰੀਬੀ ਦਾ ਹੱਲ ਕੀ ਹੈ, ਇਹਦਾ ਕੋਈ ਵੀ ਨਕਸ਼ਾ ਸਾਡੇ ਪ੍ਰਧਾਨ ਮੰਤਰੀ ਕੋਲ ਨਹੀਂ। ਅਸੀਂ ਬੇਸਿਕ ਗੱਲ ਕਰਨੀ ਹੈ ਆਜ਼ਾਦੀ ਦੇ ਜਿਹੜੇ ਜਸ਼ਨ ਮਨਾਏ ਜਾਏ, ਆਜ਼ਾਦੀ ਦੇ ਜਿਹੜੇ ਜਸ਼ਨ ਮਨਾਏ ਜਾਂਦੇ ਨੇ ਉਹ ਬੇਸਿਕ ਗੱਲਾਂ, ਉਹ ਬੁਨਿਆਦੀ ਗੱਲਾਂ ਗੁਆਚ ਜਾਂਦੀਆਂ। ਆਜ਼ਾਦੀ ਦੇ 72 ਸਾਲ ਗੁਜ਼ਰ ਗਏ ਨੇ, ਅਸੀਂ ਸਮਝਦੇ ਹਾਂ ਕਿ ਸਾਡੇ ਦੇਸ਼ ਦੇ ਆਮ ਨਾਗਰਿਕ ਹਾਲੇ ਵੀ ਆਜ਼ਾਦ ਨਹੀਂ। ਆਜ਼ਾਦੀ ਫਿਜ਼ੀਕਲ ਆਜ਼ਾਦੀ ਦਾ ਜ਼ਿਕਰ ਨਹੀਂ ਹੈ, ਆਜ਼ਾਦੀ ਅਸਲ ਦੇ ਵਿੱਚ ਹੁੰਦੀ ਹੈ ਤੁਹਾਡੀ ਖੁਸ਼ਹਾਲੀ, ਕਿੰਨੇ ਕੁ ਤੁਸੀਂ ਖੁਸ਼ਹਾਲ ਹੋ। ਮੁਲਕ ਤਾਂ ਆਜ਼ਾਦ ਹੋ ਗਿਆ, ਪਰ ਮੁਲਕ ਦੇ ਲੋਕ ਹਾਲੇ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਬੇੜੀਆਂ ਜਿਨ੍ਹਾਂ ਦੇ ਬੰਧਨ ਵਿੱਚ ਬੱਝੇ ਹੋਏ ਨੇ। ਇਹ ਬੇੜੀਆਂ ਉਹਨਾਂ ਦੇ ਪੈਰਾਂ 'ਚ ਨੇ, ਇਹ ਬੇੜੀਆਂ ਅਗਿਆਨਤਾ ਦੀਆਂ ਨੇ, ਇਹ ਬੇੜੀਆਂ ਜਾਤੀਵਾਦ ਦੀਆਂ, ਇਹ ਬੇੜੀਆਂ ਧਰਮ ਦੀਆਂ, ਇਹ ਬੇੜੀਆਂ ਗਰੀਬੀ ਦੀਆਂ। ਸੋ ਇਹ ਸਾਰੀਆਂ ਬੇੜੀਆਂ ਤੋਂ ਆਜ਼ਾਦੀ ਕਦ ਮਿਲੇਗੀ, ਮੁਲਕ ਸੱਚਮੁੱਚ ਇੱਕ ਖੁਸ਼ਹਾਲ ਮੁਲਕ ਕਦੋਂ ਬਣੇਗਾ, ਇਹ ਮਸਲਾ ਹੈ। ਜਦੋਂ ਮੁਲਕ ਆਜ਼ਾਦ ਹੋਇਆ ਤਾਂ ਬਾਅਦ ਵਿੱਚ ਸਾਡੇ ਮਹਾਨ ਸ਼ਾਇਰ ਫੈਜ਼ ਅਹਿਮਦ ਫੈਜ਼ ਨੇ ਇੱਕ ਨਜ਼ਮ ਕਹੀ, ਉਸ ਨਜ਼ਮ 'ਚੋਂ ਕਹਿੰਦੇ ਨੇ ਇਹ ਦਾਗ ਦਾਗ ਉਜ਼ਾਲਾ, ਵੀ ਜਿਸ ਆਜ਼ਾਦੀ ਨੂੰ ਕਹਿ ਰਹੇ ਨੇ ਇਹ ਆਜ਼ਾਦੀ ਦਾਗ ਦਾਗ ਦਿਖਾਈ ਦੇ ਰਹੀ ਹੈ। ਇੱਦਾਂ ਦੀ ਆਜ਼ਾਦੀ ਤਾਂ ਅਸੀਂ ਨਹੀਂ ਸੀ ਚਾਹੀ, ਆਜ਼ਾਦੀ ਜਾਂ ਉਹ ਸਵੇਰ ਜਿਹਦੀ ਸਾਨੂੰ ਲੋੜ ਸੀ ਉਹ ਤਾਂ ਹਾਲੇ ਆਈ ਨਹੀਂ, ਉਹ ਸਵੇਰ ਕਦੋਂ ਆਏਗੀ, ਇਹਦੀ ਹਾਲੇ ਉਡੀਕ ਹੈ। ਇਹ ਨਜ਼ਮ ਫੈਜ਼ ਅਹਿਮਦ ਫੈਜ਼ ਦੀ ਬੜੀ ਇਤਿਹਾਸਕ ਨਜ਼ਮ ਹੈ, ਅਤੇ ਇਸ ਨਜ਼ਮ ਨੂੰ ਆਵਾਜ਼ ਦਿੱਤੀ ਹੈ ਸਾਡੇ ਬਹੁਤ ਹੀ ਵੱਡੇ ਕਲਾਕਾਰ ਨਸੀਰਉਦੀਨ ਸ਼ਾਹ ਨੇ। ਇਹ ਨਜ਼ਮ ਸੁਣੋ, ਫਿਰ ਗੱਲ ਅੱਗੇ ਤੋਰਾਂਗੇ। ਯੇ ਦਾਗ ਦਾਗ ਉਜਾਲਾ, ਯੇ ਸ਼ਬ ਗਜ਼ੀਦਾ ਸਹਿਰ, ਯੇ ਦਾਗ ਦਾਗ ਉਜਾਲਾ, ਯੇ ਸ਼ਬ ਗਜ਼ੀਦਾ ਸਹਿਰ, ਵੋ ਇੰਤਜ਼ਾਰ ਥਾ ਜਿਸਕਾ, ਯੇ ਵੋ ਸਹਿਰ ਤੋ ਨਹੀਂ, ਯੇ ਵੋ ਸਹਿਰ ਤੋ ਨਹੀਂ, ਜਿਸਕੀ ਆਰਜ਼ੂ ਲੈ ਕੇ ਚਲੇ ਥੇ ਯਾਰ, ਕਿ ਮਿਲ ਜਾਏਗੀ ਕਹੀਂ ਨਾ ਕਹੀਂ,
फलक के दश्त पे तारों की आखिरी मंजिल कहीं तो होगा, शबे सुस्त मौज का साहिल कहीं तो जाके रुकेगा सफीना गम दिल। जवां लहू की पुरस्रार शाहराहों से चले जो यार तो दामन पे कितने हाथ पड़े, दयारे हुस्न की बेसब्र ख्वाबगाहों से पुकारती रहीं बाहें, बदन बुलाते रहे, बहुत अजीज थी लेकिन रुखे सहर की लगन, बहुत करीं था हसीना ने नूर का दामन, सुबक सुबक थी तमन्ना दबी दबी थी थकन। सुना है हो भी चुका है फिराक जुल्मतो नूर, सुना है हो भी चुका है विशाल मंजिलो गाम, बदल चुका है बहुत अहल दर्द का दस्तूर, निशात वस्ल हलाल व अजाब हिज्र हराम। जिगर की आग, नजर की उमंग, दिल की जलन, किसी पे चारा हिजरा का कुछ असर ही नहीं, कहां से आई बाद सबा किधर को गई, अभी तक चराग सरे रह को कुछ खबर ही नहीं, अभी गिरानी शब में कमी नहीं आई, निजात दीदा ओ दिल की घड़ी नहीं आई, चले चलो कि वो मंजिल अभी नहीं आई, चले चलो कि वो मंजिल अभी नहीं आई। फैज अहमद फैज जिस आजादी नु दाग दाग उजाला कह रहे ने, क्यों कह रहे ने? क्योंकि सब तो वड्डा संताप जे किसी ने भोगया इस आजादी दा, तां ओ पंजाबियां ने भोगया। पंजाब दो फाड़ हो गया, पंजाब पंजाब रहा ही नहीं, पंजाब दे लखां करोड़ां लोग जिहड़े इहदे नाल पीड़ित होए। एक अंकड़ा यह है कि दोवां पासिआं दे रला के 10 लख लोग मारे गए 47 दे विच, ते कोई 1,50,00,000 दे करीब लोग जिहड़े उजड़ गए। ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਹ ਦਿੱਤਾ ਸਾਨੂੰ ਆਜ਼ਾਦੀ ਨੇ, ਭਾਰਤ ਆਜ਼ਾਦ ਹੋ ਗਿਆ, ਪਾਕਿਸਤਾਨ ਇੱਕ ਵੱਖਰਾ ਮੁਲਕ ਬਣ ਗਿਆ। ਉਹ ਵੀ ਕਹਿੰਦੇ ਅਸੀਂ ਆਜ਼ਾਦ ਹੋ ਗਏ 14 ਅਗਸਤ ਨੂੰ, ਉਹ ਆਪਣਾ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹੈ, 15 ਅਗਸਤ ਨੂੰ ਅਸੀਂ ਆਪਣਾ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਾਂ, ਭਾਰਤ ਅਤੇ ਪਾਕਿਸਤਾਨ ਆਜ਼ਾਦ ਹੋ ਗਏ। ਪੰਜਾਬ ਦਾ ਕੀ ਬਣਿਆ? ਪੰਜਾਬ ਉਹ ਕੇਂਦਰ ਬਣ ਗਿਆ, ਘਾਣ ਦਾ ਕੇਂਦਰ, ਮਨੁੱਖਤਾ ਦੇ ਸਭ ਤੋਂ ਵੱਡੇ ਘਾਣ ਦਾ ਕੇਂਦਰ ਇਹ ਪੰਜਾਬ ਨੇ ਹਾਸਲ ਕੀਤਾ। ਇਹ ਦੁੱਖ ਐਡੇ ਵੱਡੇ ਨੇ ਜਿਹੜੇ ਸ਼ਬਦਾਂ 'ਚ ਬਿਆਨ ਨਹੀਂ ਕੀਤੇ ਜਾ ਸਕਦੇ, ਪਰ ਸਾਡੇ ਕਵੀਆਂ ਨੇ, ਸਾਡੇ ਸ਼ਾਇਰਾਂ ਨੇ ਬਹੁਤ ਕੁਝ ਇੱਦਾਂ ਦਾ ਜ਼ਰੂਰ ਲਿਖਿਆ ਜਿਹੜਾ ਸਾਨੂੰ ਇਹ ਦੱਸਦਾ ਜ਼ਰੂਰ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਸਾਡਾ ਸਭ ਤੋਂ ਵੱਡਾ ਦੁਖਾਂਤ ਕਿੱਦਾਂ ਵਾਪਰਿਆ। ਅੰਮ੍ਰਿਤਾ ਪ੍ਰੀਤਮ ਨੇ ਵੀ ਕਦੇ ਆਵਾਜ਼ ਮਾਰੀ ਸੀ ਵਾਰਿਸ ਸ਼ਾਹ ਨੂੰ, ਇਹ ਕਹਿ ਕੇ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇੱਦਾਂ ਦੀ ਆਵਾਜ਼ ਅੰਮ੍ਰਿਤਾ ਪ੍ਰੀਤਮ ਦੀ ਸੀ। ਨਵੇਂ ਸ਼ਾਇਰ ਵੀ ਇਹਦੇ 'ਤੇ ਲਿਖ ਰਹੇ ਨੇ ਜਿਨ੍ਹਾਂ ਦੇ ਬਜ਼ੁਰਗ ਇਸ ਉਜਾੜੇ ਨਾਲ ਪੀੜਿਤ ਹੋਏ, ਕੋਈ ਇੱਧਰ ਚਲਾ ਗਿਆ, ਕੋਈ ਉੱਧਰ ਚਲਾ ਗਿਆ, ਹਾਲੇ ਵੀ ਉਸ ਪੀੜ੍ਹੀ ਦੇ ਕੁਝ ਲੋਕ ਜਿਉਂਦੇ ਨੇ ਜਿਨ੍ਹਾਂ ਕੋਲ ਹਜ਼ਾਰਾਂ ਕਹਾਣੀਆਂ ਨੇ ਇਸ ਪੀੜਾ ਦੀਆਂ, ਇਸ ਦਰਦ ਦੀਆਂ। ਸਾਡਾ ਇੱਕ ਬਹੁਤ ਹੀ ਪਿਆਰਾ ਸ਼ਾਇਰ ਹੈ ਲਹਿੰਦੇ ਪੰਜਾਬ ਤੋਂ, ਪਰ ਉਹਦੀਆਂ ਜੜ੍ਹਾਂ ਸਾਡੇ ਇੱਧਰ ਦੇ ਪੰਜਾਬ 'ਚ ਨੇ, ਹੁਸ਼ਿਆਰਪੁਰ ਜ਼ਿਲ੍ਹੇ ਦਾ ਉਹਦਾ ਪਿੰਡ ਹੈ ਪੁਰਾਣਾ, ਉਹਦੇ ਬਜ਼ੁਰਗਾਂ ਦਾ ਪਿੰਡ ਹੈ। ਉਹ ਸਾਡਾ ਜਿਹੜਾ ਸ਼ਾਇਰ ਹੈ, ਉਸ ਸ਼ਾਇਰ ਦਾ ਨਾਂ ਅਫਜ਼ਲ ਸਾਹਿਰ ਹੈ। ਅਫਜ਼ਲ ਸਾਹਿਰ ਪੰਜਾਬੀ ਦਾ ਬਹੁਤ ਹੀ ਪਿਆਰਾ ਸ਼ਾਇਰ ਹੈ, ਅਤੇ ਲਾਹੌਰ ਦੇ ਵਿੱਚ ਇੱਕ ਰੇਡੀਓ ਪ੍ਰੋਗਰਾਮ ਵੀ ਉਹ ਲਗਾਤਾਰ ਚਲਾਉਂਦਾ ਆਇਆ, ਅਤੇ ਨਾਲ ਸੱਜਣ ਦੇ ਰਹੀਏ ਇਸ ਤਰ੍ਹਾਂ ਦੀ ਕਵਿਤਾ, ਜਿਹੜੀ ਇੱਕ ਕਿਤਾਬ ਉਹਨਾਂ ਦੀ ਜਿਹੜੀ ਆ ਚੁੱਕੀ ਹੈ, ਅਤੇ ਨਿੱਜੀ ਤੌਰ 'ਤੇ ਵੀ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ। ਮੈਨੂੰ ਲੱਗਦਾ ਕਿ ਉਹਨਾਂ ਦੀ ਉਹ ਨਜ਼ਮ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੀਦੀ ਹੈ, ਜਿਹੜੀ ਇਸ ਉਜਾੜੇ ਦੀ ਅਜਿਹੀ ਤਸਵੀਰ ਕਸ਼ੀ ਕਰਦੀ ਹੈ, ਜੋ ਸਾਡੇ ਅੰਦਰ ਤੱਕ ਇੱਕ ਦਰਦ ਹੈ ਉਹਦੀ ਕਿਤੇ ਨਾ ਕਿਤੇ ਨਿਸ਼ਾਨਦੇਹੀ ਕਰਦੀ ਹੈ। ਉਹ ਆਪਣੀ ਇਸ ਨਜ਼ਮ ਦੇ ਵਿੱਚ ਸਾਡੇ ਬਾਬੇ ਲੀਕਾਂ ਚੁੰਮੀਆਂ ਇੱਥੋਂ ਸ਼ੁਰੂ ਕਰਦੇ ਨੇ, ਅਤੇ ਇੱਥੇ ਬਾਬੇ ਜਿਹੜਾ ਲਫ਼ਜ਼ ਨੂੰ ਧਿਆਨ ਦੇਣਾ, ਬਾਬੇ ਅਸਲ 'ਚੋਂ ਆਪਣੇ ਸੰਸਥਾਪਕ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੂੰ ਕਹਿ ਰਿਹਾ। ਇਸ ਨਜ਼ਮ ਨੂੰ ਸੁਣਾਉਣ ਤੋਂ ਪਹਿਲਾਂ ਉਹ ਕੁਝ ਗੱਲਾਂ ਕਰਦਾ ਹੈ ਸਾਡਾ ਸ਼ਾਇਰ ਅਫਜ਼ਲ ਸਾਹਿਬ, ਉਹ ਗੱਲਾਂ ਵੀ ਸੁਣਨ ਵਾਲੀਆਂ ਨੇ, ਭਾਵੇਂ ਉਹ ਆਪਣੇ ਟੱਬਰ ਦੇ ਹਵਾਲੇ ਨਾਲ ਗੱਲਾਂ ਕਰਦਾ ਹੈ, ਪਰ ਉਹਦਾ ਗੱਲਾਂ ਦੇ ਵਿੱਚ ਵੀ ਅਜਿਹਾ ਦਰਦ ਹੈ, ਅਤੇ ਉਹ ਗੱਲਾਂ ਦੇ ਵਿੱਚੋਂ ਨਜ਼ਮ ਤੁਹਾਨੂੰ ਪਤਾ ਲੱਗੇਗਾ ਕਿਵੇਂ ਉਤਰੀ ਹੈ, ਨਜ਼ਮ ਆਈ ਕਿਵੇਂ ਹੈ। ਸੋ ਆਪਾਂ ਨਜ਼ਮ ਸੁਣਦੇ ਹਾਂ ਅਫਜ਼ਲ ਸਾਹਿਬ ਦੀ, ਅਤੇ ਨਾਲ ਨਾਲ ਉਹਨਾਂ ਦੀਆਂ ਕੁਝ ਗੱਲਾਂ। ਆਇਓ
ਰਹਿ ਵੇ ਕਾਜ਼ੀ ਦਿਲ ਨਹੀਂ ਰਾਜ਼ੀ, ਗੱਲਾਂ ਹੋਈਆਂ ਨਾ ਹੋਣ ਵਾਲੀਆਂ, ਤੇ ਇੱਕ ਦਿਨ ਤੈਨੂੰ ਸੁਪਨਾ ਥੀਸਣ ਗਲੀਆਂ ਬਾਬਲ ਵਾਲੀਆਂ। ਸਾਨੂੰ ਆਪਣੇ ਆਪ ਦਾ ਕਦੋਂ ਚੇਤਾ ਆਵੇ, ਅਸੀਂ ਕਦੋਂ ਸੋਚਣ ਲੱਗੀਏ ਆਪਣੇ ਮਾਪਿਆਂ ਦੀਆਂ ਗਲੀਆਂ। ਪਰ ਮੈਂ ਆਪਣੀਆਂ ਮਾਂ ਦੀਆਂ ਅੱਖਾਂ 'ਚ ਉਹਦੀਆਂ ਗਲੀਆਂ ਵੇਖੀਆਂ ਨੇ, ਆਪਣੇ ਬਾਪ ਦੀਆਂ ਅੱਖਾਂ 'ਚ, ਜਿਹੜੇ ਅੱਜ ਵੀ ਕਹਿੰਦੇ ਨੇ ਕਿ ਸਾਨੂੰ ਇੱਥੇ ਨਾ ਦੱਬਿਓ, ਉੱਥੇ ਦਫਨਾ ਕੇ ਆਇਓ। ਇਹ ਜਿਹੜੀ ਇਹ ਜਿਹੜਾ ਦੁੱਖ ਹੈ, ਮੈਂ ਆਪਣੀ ਮਾਂ ਦੀ ਇੱਕ ਸਹੇਲੀ ਵੀ ਹਾਂ, ਮੈਂ ਆਪਣੀ ਮਾਂ ਦੇ ਨਾਲ ਬਹੁਤ ਨੇੜੇ ਹੋ ਕੇ ਉਹਦੇ ਅੰਦਰ ਦੇ ਜਿਹੜੇ ਦੁੱਖ ਨੇ, ਅੰਦਰ ਦੀਆਂ ਜਿਹੜੀਆਂ ਕਹਾਣੀਆਂ ਨੇ ਜਿਹੜੀਆਂ ਕਿ ਬਿਆਨੀਆਂ ਵੀ ਨਹੀਂ ਜਾ ਸਕਦੀਆਂ, ਮੈਂ ਖੋਲ੍ਹ ਵੀ ਨਹੀਂ ਸਕਦਾ। ਮਾਂ ਮੇਰੀ ਦਾ ਔਰ ਮੇਰੇ ਬਾਪ ਦਾ ਤਾਲੁਕ ਇੰਡੀਅਨ ਪੰਜਾਬ ਦੇ ਸੂਬੇ ਆਪਣਾ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੈ, ਜੰਡੀ ਪਿੰਡ ਸ਼ਾਮ 84 ਦੇ ਕੋਲ ਹੈ, ਉੱਥੇ ਦੀ ਮੇਰੀ ਮਾਂ ਹੈ ਅਤੇ ਵੰਡ ਗਈ। ਮੇਰੇ ਬਾਪ ਨੇ ਇਹ ਆਪਣੇ ਪਿੰਡੋਂ ਤੁਰੇ, ਮੇਰੀ ਮਾਂ ਹੋਰੀ ਔਰ ਵਾਲਦ ਸਾਹਿਬ ਹੋਰ ਦੂਸਰੇ ਪਿੰਡੋਂ ਤੁਰੇ ਅਤੇ ਰਿਫਿਊਜੀ ਕੈਂਪ ਦੇ ਵਿੱਚ ਮੇਰੀ ਮਾਂ ਦਾ ਘੁੰਡ ਚੁੱਕਿਆ ਸੀ ਮੇਰੇ ਪਿਓ ਨੇ। ਉੱਥੋਂ ਤੁਰਦੀ ਹੈ ਬੇਘਰੀ, ਉੱਥੋਂ ਤੁਰਦੇ ਨੇ ਸਾਰੇ ਦੁੱਖ ਜਿਹੜੇ ਮੈਂ ਦੇਖੇ। ਫਿਰ ਪਿੰਡ ਦੇ ਬਾਬਿਆਂ ਦੀਆਂ ਗੱਲਾਂ, ਕਿਉਂਕਿ ਸਾਡਾ ਸਾਰਾ ਪਿੰਡ ਜਿਹੜਾ, ਮੇਰਾ ਪਿੰਡ ਲੈਲਪੁਰ ਜ਼ਿਲ੍ਹੇ 'ਚ ਹੈ, ਸਮੁੰਦਰੀ ਵੱਲ ਨੂੰ ਜਾਈਏ ਅਤੇ ਡਿਜਕੋਟ ਦੇ ਨਾਲ ਕਸਬੇ ਦੇ ਨਾਲ ਇੱਕ ਪਿੰਡ ਹੈ ਚੜ੍ਹਦੇ ਪਾਸੇ 3 ਮੀਲ, ਫਰਾਲਾ ਉਹਦਾ ਨਾਂ ਹੈ। ਉਹ ਸਾਰੇ ਦਾ ਸਾਰਾ ਪਿੰਡ ਮਤਲਬ ਉਜੜ ਕੇ ਆਇਆ ਹੈ, ਜਿਵੇਂ ਨਵਸ਼ਰਨ ਜੀ ਹੋਰਾਂ ਨੇ ਕਿਹਾ ਉਜਾੜਾ, ਇੰਝ ਸਾਡੇ ਪਿੰਡ ਦੇ ਬਾਬੇ ਜਿਹੜੇ ਨੇ ਉਸ ਨੂੰ ਪਾੜਾ ਕਹਿੰਦੇ, ਜਦੋਂ ਪਾੜੇ ਪਏ, ਜਦੋਂ ਉਜਾੜੇ ਪਏ, ਜਦੋਂ ਦੰਗੇ ਹੋਏ, ਉਹਨਾਂ ਵੇਲਿਆਂ ਦੀ ਗੱਲ ਹੈ। ਇਹਨਾਂ ਦੇ ਵਿੱਚ ਕੋਈ ਹਿੰਦੂ ਸਿੱਖਾਂ ਦੀਆਂ ਫੌਜਾਂ ਨਹੀਂ ਸੀ ਖੜੀਆਂ, ਇਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ, ਇਹਦਾ ਜ਼ਿੰਮੇਦਾਰ ਕੌਣ ਹੈ, ਇਹ ਸਾਰੀ ਕਹਾਣੀ ਦਾ, ਇਹ ਸਾਰੇ ਦੁਖਾਂਤ ਦਾ, ਦੁਨੀਆ ਦੀ ਸਭ ਤੋਂ ਵੱਡੀ ਹਿਜਰਤ, ਦੁਨੀਆ ਦਾ ਸਭ ਤੋਂ ਵੱਡਾ ਕਤਲੋ ਗਾਰਤ, ਔਰ ਇਸ ਦੁਨੀਆ ਦੇ ਵਿੱਚ ਮਤਲਬ ਇਸ ਤਰ੍ਹਾਂ ਦੀਆਂ ਮਿਸਾਲਾਂ ਨਹੀਂ ਹਨ, ਔਰ ਅਸੀਂ ਸਾਨੂੰ ਕੁਝ ਪਤਾ ਹੀ ਨਹੀਂ ਹੈ, ਨਾ ਸਾਡੀ ਇਸ ਜਨਰੇਸ਼ਨ ਨੂੰ ਪਤਾ, ਅਤੇ ਨਾ ਹੀ ਇਹੋ ਜਿਹੇ ਸਿਸਟਮ 'ਚ ਇਹੋ ਜਿਹੀਆਂ ਜਿੱਥੇ ਹੋਰ ਜ਼ੁਬਾਨਾਂ ਖੋਹ ਕੇ ਨਾਅਰੇ ਦੇ ਦਿੱਤੇ ਗਏ ਸਾਨੂੰ ਹੋਰ ਦੇ ਹੋਰ, ਇਹ ਸਾਰਾ ਕੁਝ ਚੇਤੇ ਕਰਕੇ ਅਸੀਂ ਆਪਣਾ ਅੱਗਾ ਸਵਾਰ ਸਕਦੇ ਹਾਂ। ਉਹ ਸਾਰੀਆਂ ਯਾਦਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਸੁਣੀਆਂ, ਮੈਂ ਲੰਬੀ ਗੱਲ ਨਹੀਂ ਕਰਨੀ ਚਾਹੁੰਦਾ। ਨਜ਼ਮ ਜਿਹੜੀ ਹੈ ਉਹ ਕਿਵੇਂ ਫੁੱਟਦੀ ਹੈ ਉਹ ਮੈਂ ਤੁਹਾਨੂੰ ਦੱਸਣਾ। ਸਾਡੇ ਪਿੰਡ ਬਾਬਿਆਂ ਦੀ ਇੱਕ ਢਾਣੀ ਹੈ ਜਿਹੜੀ ਕਿ ਘਰਾਂ ਹੇਠਾਂ ਬਹਿੰਦੀ ਹੈ, ਪਿੰਡ ਦੀ ਚੜ੍ਹਦੀ ਬਾਈ ਤਾਂ ਸਾਡਾ ਘਰ ਹੈ, ਅਤੇ ਇੱਕ ਬਾਬਾ ਬੜਾ ਕੱਬਾ ਜਿਹਾ, ਸਖ਼ਤ ਜਿਹਾ ਬਾਬੇ ਹੁੰਦੇ ਨੇ, ਜਿਵੇਂ ਅਲੀਆ ਵਲੀਆ ਦੋ ਭਰਾ ਸਨ, ਅਤੇ ਉਹ ਹਰ ਵੇਲੇ ਤਰਾਹੀ ਰੱਖਣਾ, ਜਿਵੇਂ ਅੰਦਰ ਕੋਈ ਗੰਢ ਵੱਜੀ ਹੈ, ਜਿਵੇਂ ਕੋਈ ਸਿੱਡਾ ਜਿਹਾ, ਕੁਝ ਬਾਬੇ ਐਵੇਂ ਮਤਲਬ ਸਖ਼ਤ ਬਾਬੇ ਹੁੰਦੇ ਨੇ। ਉਸ ਬਾਬੇ ਕੋਲ ਅਸੀਂ ਬੜਾ ਡਰਦੇ ਸੀ ਕਿ ਇਸ ਬਾਬੇ ਕੋਲ ਅਗਰ ਮੈਂ ਹੱਥੇ ਅਸੀਂ ਹਵੇਲੀ ਜਾਣਾ ਤਾਂ ਵਲਾ ਕੇ ਖੇਤਾਂ ਦੇ ਵਿੱਚ ਦੀ ਅਕੜਿਆਂ ਦੇ ਉੱਤੋਂ ਦੀ ਹੋ ਕੇ ਆਪਣੇ ਇੱਕ ਪੱਠਿਆਂ ਡੰਗਰਾਂ ਨੂੰ ਪੱਠੇ ਬਣ ਜਾਣਾ, ਅਤੇ ਉਸ ਬਾਬੇ ਦੇ ਮੱਥੇ ਨਹੀਂ ਲੱਗਣਾ ਕਿ ਜਦੋਂ ਵੀ ਬੋਲਣਾ ਇਹਨੇ ਪੁੱਠੇ ਬੋਲਣਾ, ਇਹਨੇ ਲੜ ਪੈਣਾ, ਇਹਨੇ ਡੰਗੋਰੀ ਖਿੱਚ ਕੇ ਮਾਰ ਦੇਣੀ ਹੈ, ਇਹ ਬੜਾ ਹੀ ਸਖ਼ਤ ਬਾਬਾ ਹੈ। ਉਹਦੇ ਕੋਲ ਅਸੀਂ ਸਾਰੇ ਬੁਲਾਉਂਦੇ ਸਾਂ। ਪਰ ਇੱਕ ਸਿਆਲਾਂ ਦੀ ਰਾਤ, ਸਰਦੀਆਂ ਦੀ ਇੱਕ ਰਾਤ ਹੈ, ਸ਼ਾਮ ਦਾ ਟਾਈਮ ਹੈ, ਅੰਮਾ ਨੇ ਮੈਨੂੰ ਕਿਹਾ ਕਿ ਤੂੰ ਡੰਗਰ ਬੰਨਿਆ ਅੰਦਰ, ਅਤੇ ਮੈਂ ਗਿਆ ਅਤੇ ਇੱਕ ਹਵੇਲੀ ਸਾਡੀ, ਉਹਦੇ ਵਿੱਚ ਚਾਰ ਇਹ ਬਾਬੇ ਬੈਠੇ ਨੇ ਅਤੇ ਇਹ ਬਾਬਾ ਰੋ ਰਿਹਾ। ਮੇਰੇ ਲਈ ਇੱਕ ਬਹੁਤ ਹੈਰਾਨੀ ਵਾਲੀ ਗੱਲ ਸੀ ਕਿ ਪੱਥਰ ਰੋਣ, ਪਹਾੜ ਰੋਣ, ਇਹ ਬਾਬਾ ਕਿਉਂ ਰੋਵੇ, ਇਹ ਬਾਬਾ ਕਿਉਂ ਰੋਵੇ। ਅਤੇ ਉਹ ਬਾਬੇ ਦੇ ਜੋ ਕੁਝ ਲਫ਼ਜ਼ ਸਨ, ਜੋ ਬੋਲ ਰਿਹਾ ਸੀ, ਉਹ ਇੱਕ ਕਵਿਤਾ ਵਾਂਗੂ, ਨਜ਼ਮ ਵਾਂਗੂ ਸੀ। ਇਹ ਮੈਂ ਨਜ਼ਮ ਅਗਰ ਕਦੀ ਕਿਸੇ ਮੁਸ਼ਾਇਰੇ 'ਚ ਸੁਣਾਉਂਦਾ ਤਾਂ ਮੈਂ ਯਕੀਨਨ ਇਹਦੀ ਕਹਾਣੀ, ਇਹਦੀ ਤਮਹੀਦ, ਇਹ ਨਜ਼ਮ ਕਿਵੇਂ ਟੁਰੀ ਹੈ, ਕਿਉਂਕਿ ਇਹਦਾ ਵੰਡ ਦੇ ਨਾਲ ਬਹੁਤ ਸਿੱਧਾ ਤਾਲੁਕ ਹੈ। ਗੋ ਇਹ ਸਾਰੀ ਉਸ ਤੋਂ ਬਾਅਦ ਜੋ ਸਾਡੇ ਮਾਂ ਬਾਪ ਨੇ ਵੇਖੀ ਇੱਥੇ ਦੀ ਜ਼ਿੰਦਗੀ, ਇੱਥੇ ਜੋ ਉਹਨਾਂ ਨਾਲ ਬੀਤਿਆ, ਉਹਦਾ ਸਾਰਾ ਬਿਆਨ ਇਸ ਨਜ਼ਮ 'ਚ ਹੈ। ਪਰ ਉਹ ਬਾਬਾ ਆਪਣੇ ਯਾਰ ਨੂੰ ਫਿਰ ਯਾਦ ਕਰਦਾ ਹੈ ਅਤੇ ਵਿੱਚੋਂ ਰੋ ਰਿਹਾ ਹੈ ਔਰ ਬੁਸਕ ਰਿਹਾ। ਉਸ ਤੋਂ 2-3 ਦਿਨ ਬਾਅਦ ਉਹ ਬਾਬਾ ਮਰ ਗਿਆ। ਔਰ ਇਹ ਕਿਸ ਤਰ੍ਹਾਂ ਦੀ ਸੂਰਤ ਸੀ, ਸਾਡੀ ਸਾਰੀ ਪੜ੍ਹਾਈ ਲਿਖਾਈ, ਸਾਨੂੰ ਕੀ ਦੱਸਿਆ ਗਿਆ, ਬਾਬੇ ਦੇ ਮੂੰਹ ਜੋ ਬੋਲ ਨਿਕਲਦੇ ਨੇ, ਉਹ ਕਹਿੰਦਾ ਉਹ ਸੰਤਿਆ, ਉਹ ਤੂੰ ਆਉਂਦਾ ਸਹਿ ਜਿਉਣ ਮਰਨ ਇਕੱਠਿਆਂ। ਉਹਨੇ ਵਿੱਚ ਗਾਲਾਂ ਵੀ ਕੱਢੀਆਂ ਕੁਝ, ਜਿਹੜੇ ਕਿ ਮੈਂ ਨਹੀਂ ਬੋਲ ਸਕਦਾ। ਵੰਡੀਆਂ ਪਾ ਦਿੱਤੀਆਂ ਸੂ, ਵਾੜਾਂ ਲਾ ਦਿੱਤੀਆਂ ਸੂ, ਹੁਣ ਮੇਲ ਕਿੱਥੇ, ਆਂਦਾ ਸਹਿ ਜਿਉਣ ਮਰਨ ਇਕੱਠਿਆਂ, ਤੂੰ ਜਲੰਧਰ ਅਸੀਂ ਫਰਾਲੇ, ਹੁਣ ਮੇਲ ਕਿੱਥੇ। ਵਾੜਾਂ ਦੀਆਂ ਹੋਰ ਗੱਲਾਂ ਮੈਂ ਉਹ ਨਹੀਂ ਬਿਆਨ ਕਰਨਾ ਚਾਹੁੰਦਾ, ਲੇਕਿਨ ਇਹ ਕਿ ਮੈਂ ਇਹ ਨਜ਼ਮ ਦੀ ਜੋ ਸੂਰਤ ਸੀ ਉਹ ਮੈਂ 9ਵੀਂ 10ਵੀਂ 'ਚ ਪੜ੍ਹਦਾ ਸੀ, ਉਸ ਵੇਲੇ ਟੁਰੀ ਹੈ। ਇਹ ਪਤਾ ਨਹੀਂ ਕਦੋਂ ਤੱਕ ਚੱਲਦੀ ਹੈ, ਪਰ ਜਿੰਨੀ ਹੈ ਮੈਂ ਤੁਹਾਨੂੰ ਸੁਣਾਉਂਦਾ। ਪਾਕਿਸਤਾਨ ਦੀ ਵਾਰ।
ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਤੇ ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ, ਫਿਰ ਉਸਨੂੰ ਧਰਮੀ ਲਹਿਰ ਦਾ ਇੱਕ ਤੜਕਾ ਲਾਇਆ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ, ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ, ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਪਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਅਸੀਂ ਅੱਖਾਂ ਮਲ ਮਲ ਵੇਖੀਏ ਕੀ ਖੇਡਾਂ ਹੋਈਆਂ, ਉਹ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਭੇਡਾਂ ਹੋਈਆਂ, ਤੇ ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ। ਸਾਡੇ ਬਾਬੇ ਅਜੇ ਵੀ ਦੇਸ਼ ਕਹਿੰਦੇ ਨੇ ਉਸ ਸਥਾਨ ਨੂੰ ਜਿੱਥੇ ਉਹ ਜੰਮੇ ਸਨ। ਚੰਗਾ ਹੀ ਸੀ ਪੁੱਤਰਾ ਜੇ ਦੇਸ਼ 'ਚ ਰਹਿੰਦੇ, ਉਹ ਸਾਨੂੰ ਆਣ ਅੰਗਰੇਜ਼ਾਂ ਰੋਲਿਆ ਸਾਡੇ ਬਾਬੇ ਕਹਿੰਦੇ, ਉਹ ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਉਹ ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਸਾਨੂੰ ਸੱਜਾ ਹੱਥ ਵਿਖਾ ਕੇ ਮਾਰੀ ਸੂ ਖੱਬੀ, ਅਸੀਂ ਜੰਨਤ ਵੱਲ ਨੂੰ ਨੱਠ ਪਏ ਤੇ ਦੋਜ਼ਖ ਲੱਭੀ। ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਬਣ ਗਏ ਫਾਈਆਂ, ਅਸੀਂ ਜੁੱਤੇ ਵਿੱਚ ਪੰਜਾਲੀਆਂ ਹਲ ਫਾਈਆਂ, ਅਸੀਂ ਖੇਤਾਂ ਵਿੱਚ ਹੀ ਬੀਜੀਆਂ ਕਈ ਸਾਲ ਛਮਾਈਆਂ, ਅਸੀਂ ਵਿਲ ਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਘੁੱਟਣ ਲੱਗ ਪਏ। ਅਸੀਂ ਵਿਲ ਕੇ ਰੋਏ ਭੁੱਖ ਤੋਂ ਸਾਹ ਟੁੱਟਣ ਲੱਗ ਪਏ, ਫਿਰ ਲੱਤਾਂ ਕੱਢੀਆਂ ਚੌਧਰੀ ਅਸੀਂ ਘੁੱਟਣ ਲੱਗ ਪਏ। ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਨਹੀਂ ਖਾਣ ਪੀਣ ਨੂੰ ਲੱਭਦਾ ਸਾਡੇ ਘਰ 'ਚ ਸਾਇਆ, ਅਖੇ ਬੋਤਲ 'ਚੋਂ ਨਹੀਂ ਪੀਵਣਾ ਇਹ ਦਮ ਕਰਵਾਇਆ। ਅਸੀਂ ਛਿੱਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਅਸੀਂ ਛਿੱਟੀ ਚਰਾਵਣ ਲੈ ਗਏ ਕਿੰਜ ਬੂਹਾ ਨਿਕਲੇ, ਜਿਉਂ ਬੀਨ ਵਜਾਈਏ ਰੁੱਢ ਤੇ ਤਾਂ ਚੂਹਾ ਨਿਕਲੇ। ਤੇ ਗਏ ਵੱਡੇ ਬਾਹਰ ਵਲੈਤ 'ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਗਏ ਵੱਡੇ ਬਾਹਰ ਵਲੈਤ 'ਚੋਂ ਸ਼ਾਹੂਕਾਰ ਲਿਆਏ, ਉਹ ਸਾਡੀ ਖੜੀ ਕਪਾਹ ਨੂੰ ਵੇਚਿਆ ਅਸੀਂ ਮੰਗ ਕੇ ਪਾਏ। ਇਹ ਜਦ ਸ਼ੀਸ਼ੇ ਮੋਹਰੇ ਆ ਗਏ ਬਣ ਅਫਲਾ ਤੂਨੀ, ਤਦ ਸ਼ਕਲਾਂ ਦਿਸੀਆਂ ਕਾਲੀਆਂ ਹੱਥ ਖੂਨੋ ਖੂਨੀ, ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਵੇਂ ਬਦਲੇ। ਅਸੀਂ ਖੜੇ ਖਲੋਤੇ ਕੰਬ ਗਏ ਪਰਛਾਵੇਂ ਬਦਲੇ, ਉਹ ਸਾਡੇ ਆਪਣਿਆਂ ਪਟਵਾਰੀਆਂ ਸਾਡੇ ਨਾਵੇਂ ਬਦਲੇ। ਉਹ ਸਾਨੂੰ ਸੁਰਤ ਨਾ ਆਈ ਹੋਵਣ ਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਸਾਨੂੰ ਸੁਰਤ ਨਾ ਆਈ ਹੋਵਣ ਦੇ ਕਿੰਜ ਘਾਟੇ ਵਾਧੇ, ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਧੇ। ਉਹ ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ, ਸਾਨੂੰ ਟੁੱਕ ਦਾ ਫਾਹਾ ਲੈ ਗਿਆ ਸੀ ਮਿੱਲਾਂ ਵੱਲੇ, ਉਹ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਇਕੱਲੇ। ਦੋ ਮਾਲਕ ਜੁੜ ਕੇ ਬਹਿ ਗਏ ਅਸੀਂ ਲੱਖਾਂ ਇਕੱਲੇ, ਉਹ ਸਾਡਾ ਗੰਨਾ ਮਿੱਲ ਨੇ ਪੀੜਿਆ ਰੋ ਰੱਤੀ ਨਿਕਲੀ, ਉੱਤੇ ਉਸ ਰੱਤ 'ਚੋਂ ਪੱਗਾਂ ਵਾਲੀ ਪੱਤੀ ਨਿਕਲੀ। ਸਾਡਾ ਗੰਨਾ ਮਿੱਲ ਨੇ ਪੀੜਿਆ ਰੋ ਰੱਤੀ ਨਿਕਲੀ, ਤੇ ਉਸ ਰੱਤ 'ਚੋਂ ਪੱਗਾਂ ਵਾਲਿਆਂ ਦੀ ਪੱਤੀ ਨਿਕਲੀ, ਤੇ ਅਸੀਂ ਮੀਂਹ ਤੋਂ ਕਣਕਾਂ ਸਾਂਭੀਆਂ ਸਾਨੂੰ ਚੌਧਰ ਪੈ ਗਈ, ਉਹ ਸਾਡਾ ਮਿੱਟੀ ਵਿੱਚ ਮੂੰਹ ਤੁੰਨ ਕੇ ਸਾਡੇ ਸਿਰ ਤੇ ਬਹਿ ਗਈ। ਪਹਿਲਾਂ ਫੈਜ਼ ਅਹਿਮਦ ਫੈਜ਼ ਤੇ ਹੁਣ ਅਫਜ਼ਲ ਸਾਹਿਬ ਦੀਆਂ ਗੱਲਾਂ ਤੇ ਉਹਨਾਂ ਦੀ ਨਜ਼ਮ ਨੇ ਸਾਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਸੀਂ ਪੰਜਾਬੀਆਂ ਨੇ ਘੱਟੋ ਘੱਟ ਇਸ ਵੰਡ ਦੇ ਵਿੱਚੋਂ ਕੀ ਖੱਟਿਆ। ਦੇਸ਼ ਅੱਜ ਸਾਡਾ 72ਵਾਂ ਜਸ਼ਨ ਮਨਾ ਰਿਹਾ ਆਜ਼ਾਦੀ ਦਾ, ਅਤੇ ਮਸਲੇ ਬੜੇ ਵੱਡੇ ਨੇ। ਪੰਜਾਬ ਦਾ ਜ਼ਿਕਰ ਅਸੀਂ ਕੀਤਾ, ਦੇਸ਼ ਦੀ ਗੱਲ ਕਰੀਏ ਤਾਂ ਇਸ ਵਕਤ ਦਾ ਸਭ ਤੋਂ ਵੱਡਾ ਮਸਲਾ ਭਾਰਤ ਵਿੱਚ ਬੇਰੁਜ਼ਗਾਰੀ ਹੈ। ਭਾਰਤ ਆਪਣੀ ਰੁਜ਼ਗਾਰ ਦੀਆਂ ਲੋੜਾਂ ਕਰਕੇ ਆਰਥਿਕ ਵਿਕਾਸ ਦੇ ਪੱਧਰ ਦੇ ਉੱਤੇ ਬਹੁਤ ਪਛੜ ਰਿਹਾ, ਬਹੁਤ ਜ਼ਿਆਦਾ ਪਛੜ ਰਿਹਾ। ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੋ ਰਹੇ ਨੇ, ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਸਭ ਤੋਂ ਵੱਡੀ ਚੁਣੌਤੀ ਹੈ। ਕਰਪਸ਼ਨ ਸਾਡੇ ਮੁਲਕ ਦੀ ਇੱਕ ਅਜਿਹੀ ਚੀਜ਼ ਬਣ ਗਈ ਹੈ ਜਿਹਦੇ ਤੋਂ ਮੁਕਤੀ ਦਾ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ। ਭਾਰਤ ਵਿੱਚ ਜਿਹੜਾ ਤੱਥ ਜਾਂ ਫੈਕਟ ਇਹ ਹੈ ਵੀ ਤੁਸੀਂ ਜੇ ਕੋਈ ਵੀ ਆਪਣਾ ਜ਼ਰੂਰੀ ਕੰਮ ਕਰਵਾਉਣਾ ਤਾਂ ਰਿਸ਼ਵਤ ਤੋਂ ਬਿਨਾਂ ਉਹ ਕੰਮ ਨਹੀਂ ਹੁੰਦਾ। ਜਿਹੜੇ ਅੰਕੜੇ ਆਏ ਆ, ਕੋਈ 60% ਲੋਕ ਜਿਹੜੇ ਆਪਣੇ ਜ਼ਰੂਰੀ ਕੰਮ ਕਰਵਾਉਣ ਵਾਸਤੇ ਭਾਰਤ ਵਿੱਚ ਰਿਸ਼ਵਤ ਦਿੰਦੇ ਆ, ਯਾਨੀ ਦੇਸ਼ ਦਾ ਹਰ ਦੂਜਾ ਤੀਜਾ ਸ਼ਖਸ ਜਿਹੜਾ ਆ ਉਹ ਰਿਸ਼ਵਤ
ਲੈਣ 'ਚ ਵੀ ਅਤੇ ਦੇਣ 'ਚ ਵੀ ਯਕੀਨ ਰੱਖਦਾ। ਅਤੇ ਸਾਡੇ ਦੇਸ਼ ਦੇ ਵਿੱਚ ਪਿੱਛੇ ਨੋਟਬੰਦੀ ਕੀਤੀ ਨਰਿੰਦਰ ਮੋਦੀ ਸਾਹਿਬ ਨੇ, ਅਤੇ ਉਹਦੇ ਬਾਵਜੂਦ ਵੀ ਜਿਹੜੀ ਨਕਲੀ ਕਰੰਸੀ ਹੈ ਉਹ ਕੋਈ ਲਗਭਗ ਜਿਹੜੀ ਹੈ 400 ਕਰੋੜ ਰੁਪਏ ਦੀ ਜਿਹੜੀ ਨਕਲੀ ਮੁਦਰਾ ਜਿਹੜੀ ਹੈ ਉਹ ਇਸ ਵੇਲੇ ਚੱਲ ਰਹੀ ਹੈ। ਡਰੱਗ ਸਾਡੇ ਸਾਹਮਣੇ ਬੜਾ ਵੱਡਾ ਮਸਲਾ, ਸਾਡੇ ਦੋ ਵੱਡੇ ਮਸਲੇ ਨੇ, ਸਾਡੀ ਐਜੂਕੇਸ਼ਨ ਸਿਸਟਮ, ਸਾਡਾ ਜਿਹੜਾ ਸਿਹਤ ਸਿਸਟਮ ਹੈ। ਐਜੂਕੇਸ਼ਨ ਸਿਸਟਮ ਦੀ ਹਾਲਤ ਇਹ ਹੈ ਕਿ ਬਦਲਦੇ ਹੋਏ ਹਿੰਦੁਸਤਾਨ ਦੇ ਵਿੱਚ ਜਿਹੜੀ ਖਰਾਬ ਕਿਸਮ ਦੀ ਵਿਵਸਥਾ ਸਾਡੀ ਐਜੂਕੇਸ਼ਨ ਦੀ, ਉਹ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ, ਪਰ ਸਰਕਾਰ ਦੀ ਕੋਈ ਚਿੰਤਾ ਨਹੀਂ। ਸਰਕਾਰ ਤਾਂ ਲਗਾਤਾਰ ਕੱਟ ਮਾਰ ਰਹੀ ਹੈ, ਐਜੂਕੇਸ਼ਨ ਦਾ ਬਜਟ ਜਿਹੜਾ ਹੈ 17% ਇਸ ਵਾਰੀ ਵੀ ਘਟਾ ਦਿੱਤਾ ਗਿਆ। ਫਿਰ ਜਿਹੜਾ ਹੈਲਥ ਦੀ ਜਿਹੜੀ ਸਾਡੀ ਸਮੱਸਿਆ ਬੜੀ ਵੱਡੀ ਬਣੀ ਹੋਈ ਹੈ, ਅਤੇ ਸਾਡੇ ਕੋਲ 1050 ਮਰੀਜ਼ਾਂ ਲਈ ਭਾਰਤ ਦੇ ਵਿੱਚ ਸਿਰਫ ਇੱਕ ਬੈੱਡ ਹੈ ਹਸਪਤਾਲਾਂ ਦੇ ਵਿੱਚ, ਅਤੇ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਸਾਡਾ ਹੈਲਥ ਸਿਸਟਮ ਕਿੱਦਾਂ ਕੋਲੈਪਸ ਕਰ ਗਿਆ। ਅਤੇ ਇਹ ਦੋ ਜਿਹੜੇ ਸੈਕਟਰ ਨੇ, ਹੈਲਥ ਅਤੇ ਐਜੂਕੇਸ਼ਨ, ਇਹ ਕਿਸੇ ਵੀ ਸੁਸਾਇਟੀ ਦੀ, ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਰੀੜ੍ਹ ਦੀ ਹੱਡੀ ਦੇ ਮੰਨ ਕੇ ਸਾਡੇ ਖਿੱਲਰਦੇ ਦਿਖਾਈ ਦੇ ਰਹੇ ਨੇ। ਬਹੁਤ ਸਾਰੀਆਂ ਹੋਰ ਸਮੱਸਿਆਵਾਂ ਨੇ ਜਿਹਨਾਂ ਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮਾਂ 'ਚ ਕਰਦੇ ਹਾਂ। ਇਹ ਸਾਡੇ ਦੇਸ਼ ਦੀ ਹਾਲਤ ਹੈ 72 ਸਾਲਾਂ ਦੀ ਆਜ਼ਾਦੀ ਬਾਅਦ ਵੀ, ਅਤੇ ਅਸੀਂ ਕਿਸ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ। ਆਜ਼ਾਦੀ ਫਿਜ਼ੀਕਲੀ ਸ਼ਾਇਦ ਮਿਲ ਗਈ ਹੈ, ਮਾਨਸਿਕ ਤੌਰ 'ਤੇ ਅਸੀਂ ਬਹੁਤ ਵੱਡੇ ਗੁਲਾਮ ਬਣ ਚੁੱਕੇ ਹਾਂ। ਸਾਡੀ ਮਾਨਸਿਕਤਾ ਜਿਹੜੀ ਹੈ ਬਹੁਤ ਪ੍ਰਦੂਸ਼ਿਤ ਕਰ ਦਿੱਤੀ ਗਈ ਹੈ, ਵੋਟਾਂ ਦੀ ਰਾਜਨੀਤੀ ਨੇ ਸਭ ਕੁਝ ਤਬਾਹ ਕਰਕੇ ਰੱਖਿਆ ਹੋਇਆ। ਇਹਦੇ ਵਿੱਚੋਂ ਕੋਈ ਨਵੀਂ ਉਮੀਦ ਪੈਦਾ ਹੋਵੇ, ਇਹਦੇ 'ਚ ਸਾਡਾ ਸਦਾ ਹੀ ਯਕੀਨ ਵੀ ਰਿਹਾ, ਅਤੇ ਸਾਡੀਆਂ ਦੁਆਵਾਂ ਵੀ ਇਹਦੇ ਨਾਲ ਨੇ। ਪਰ ਝੂਠੀਆਂ ਆਜ਼ਾਦੀਆਂ ਦੇ ਜਸ਼ਨ ਜਿਹੜੇ ਹੈ ਉਹ ਕੁਝ ਦੇਣ ਵਾਲੇ ਨਹੀਂ ਹੈ, ਅਤੇ ਆਉਂਦੀਆਂ ਚੋਣਾਂ ਜਿਹੜੀਆਂ ਆ ਉਹ ਉਦੋਂ ਤੱਕ ਹੋਰ ਬਹੁਤ ਝੂਠ ਬੋਲਿਆ ਜਾਏਗਾ। ਲਾਲ ਕਿਲ੍ਹੇ ਦੀ ਫਸੀਲ ਤੋਂ ਪਿਛਲੇ 5 ਭਾਸ਼ਣ ਜਿਹੜੇ ਹੋਏ ਨੇ ਨਰਿੰਦਰ ਮੋਦੀ ਦੇ, ਉਹ ਝੂਠ ਦੇ ਹੀ ਪਲੰਦੇ ਨੇ। ਹਰ ਮਹੀਨੇ ਜਿਹੜੀ ਉਹ ਮਨ ਕੀ ਬਾਤ ਕਰਦੇ ਨੇ, ਉਹ ਮਨ ਕੀ ਬਾਤ ਵੀ ਝੂਠ ਦੇ ਪਲੰਦੇ ਨੇ। ਇਹਨਾਂ ਝੂਠਾਂ ਦਾ ਪਰਦਾਫਾਸ਼ ਹੋਏਗਾ, ਅਤੇ ਇਹਨਾਂ ਝੂਠਾਂ ਦੇ ਉੱਤੇ ਸੱਚ ਦੀ ਕਦੇ ਜਿੱਤ ਹੋਏਗੀ। ਇਸ ਗੱਲ ਦੀ ਉਮੀਦ ਕਰਦਾ ਹੋਇਆ ਸਾਂਝੀ ਸੱਥ ਦੇ ਇਸ ਦੂਸਰੇ ਸੈਗਮੈਂਟ ਤੋਂ ਤੁਹਾਤੋਂ ਆਗਿਆ ਮੰਗਦਾ, ਅਤੇ ਅਗਲੇ ਹਫ਼ਤੇ ਫਿਰ ਆਪਣੀ ਮੁਲਾਕਾਤ ਹੋਏਗੀ। ਹੁਣ ਜੋ ਸੁਸ਼ੀਲ ਦੋਸਾਂਝ ਨੂੰ ਆਗਿਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ ਸ਼ਾਮ।